Alcohol consumption is injurious to health. शराब पीना सेहत के लिए हानिकारक है। भाभी तू भी ना बस कुछ भी बोल देनी है। चलो कई बारी देखा मैं, मन चाहे ना मन दाल च जरूर कुछ काला है। आए, 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 क्यों कसरा कोई? कसर तो कोई नहीं भाभी, पैर च जुत्ती बड़ी सोहनी पाई है। लावा ना, पैर च सोहनी लगती है। दुल्ला साला डांग किवें चखी फिरदा, मैं की माड़ा करता। देख भी दुल्या, मेरे नाल तेरा कुछ झगड़ा नहीं।
ਉਹ ਬਾਪੂ ਨਾਲ ਹੂਤਰਾ ਰੌਲਾ, ਮੇਰੇ ਨਾਲ ਨਹੀਂ। ਉਹ ਤੂੰ ਕਿਉਂ ਡਰੀ ਜਾਣਾ ਨਿੱਕਿਆ, ਖੜਾ ਹੋ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਇਹਦੇ ਵਿੱਚ ਤੁਹਾਡਾ ਕਲਾਕਾਰਾਂ ਦਾ ਕੋਈ ਦੋਸ਼ ਨਹੀਂ। ਉਹ ਫਿਰ ਆ ਡਾਂਗ ਕਿਉਂ ਚੱਕੀ ਫਿਰਦਾ? ਉਹ ਮੈਂ ਤਾਂ ਫਿਲਮ ਦੇ ਡਾਇਰੈਕਟਰ ਨੂੰ ਲੱਭ ਰਿਹਾ, ਖੂਨ ਪੀ ਲਿਆ ਕੰਜਰ ਨੇ, ਉਹ ਲੱਭ ਜੇ ਸਹੀ ਇੱਕ ਵਾਰ, ਉਹਨੂੰ ਮੈਂ ਦੱਸ ਦੂੰ ਵੀ ਕਿਵੇਂ ਫਿਲਮਾਂ ਕਰੀਦੀਆਂ ਨੇ। ਤੂੰ ਮੌਜ ਕਰ ਮੌਜ। ਠੀਕ ਆ ਬਾਈ। ਉਹ ਬਾਈ, ਉਹ ਮੇਰੇ ਵੱਲੋਂ ਹੀ ਮਾਰਦੀ ਦੌੜਾਂਗਾ, ਆਹ ਚਬਾਨੀ ਨਹੀਂ ਦਿੰਦਾ ਕਿਸੇ ਨੂੰ। ਲੱਭੂ ਵੀ ਕਿ ਨਹੀਂ, ਇੱਕ ਵਾਰ ਨਿੱਕੇ ਦਾ ਪਤਾ ਲੱਗ ਜੇ ਟੋਟੇ ਕਰ ਦੂ ਟੋਟੇ। ਚਾਚੇ ਚਾਚੇ ਉਹ ਰਿਹਾ ਨਿੱਕਾ। ਨਿੱਕਾ ਇੱਧਰ ਹੈ ਪੁੱਤ, ਹੁਣ ਤੂੰ ਘਰੇ ਚੱਲ, ਚੱਲ ਜੋਰਿਆ ਚੱਲ। ਉਹਨੂੰ ਫੜੋ, ਮੈਨੂੰ ਕਿਉਂ ਫੜੀ ਜਾਂਦੇ? ਬਹੁਤ ਭੱਜਦੇ ਪੁੱਤ, ਹੁਣ ਪਤਾ ਲੱਗੂ ਜਦੋਂ ਫੜ ਕੇ ਨਾ ਚਾਚੇ ਮੂਹਰੇ ਪੇਸ਼ ਕਰੇ। ਝਾਕੀ ਕੀ ਜਾਣਾ ਓਏ, ਚੱਲ ਲੱਗ ਮੂਹਰੇ, ਚੱਲ 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 ਕੇ ਚੱਲ, ਲੈ ਕੇ ਚੱਲ ਚਾਚੇ ਕੋਲ। ਸਾਹਿਬ ਕੋਈ ਸਖਤ ਕਦਮ ਚੱਕੋ, ਆਪਣੇ ਮੁੰਡੇ ਕਰਕੇ ਪੱਖ ਨਾ ਕਰੋ ਇਹਦੀ ਤੁਸੀਂ। ਬਿਲਕੁਲ ਬਿਲਕੁਲ ਬਿਲਕੁਲ। ਇਹਨੂੰ ਸਰਪੰਚ ਆ ਫਿਰ ਤੂੰ ਨੱਥ ਪਾ, ਇਹ ਸਾਡੇ ਧੋਣੀ ਕਾਬੂ ਆਉਣਾ। ਬਿਲਕੁਲ ਬਿਲਕੁਲ। ਸਾਰਾ ਪਿੰਡੀ ਤੰਗ ਆ, ਇਹ ਤਾਂ ਡਰਦੇ ਜਵਾਕ ਸਕੂਲ ਵੀ ਨਹੀਂ ਜਾਂਦੇ ਸਾਡੇ, ਸਾਰਾ ਪਿੰਡੀ ਤੰਗ ਕਰਕੇ ਨੇ, ਬਹੁਤ ਗੰਦ ਪਾਉਂਦਾ, ਇਹਦਾ ਕੁਛ ਨਾ ਕੁਛ ਕਰੋ। ਮੈਂ ਤੁਹਾਡੀਆਂ ਗੱਲਾਂ ਸਾਰੀਆਂ ਪਹਿਲਾਂ ਵੀ ਸਮਝ ਲਈਆਂ, ਜੋ ਹੁਣ ਵੀ ਸਾਰੇ ਬੰਦੇ ਕਹਿ ਰਹੇ ਉਹ ਬਿਲਕੁਲ ਸਾਰੇ ਠੀਕ ਕਹਿ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹਨੇ ਤਾਂ ਮੇਰਾ ਵੀ ਜੀਣਾ ਹਰਾਮ ਕਰ ਦਿੱਤਾ। ਚਾਚਾ, ਤਿੰਨ ਦਿਨਾਂ 'ਚ ਤਿੰਨ ਕੁੱਕੜ ਖਾ ਗਿਆ ਮੇਰੇ, ਆਹ ਤੇਰਾ ਨਿੱਕਾ। ਜੇ ਤੂੰ ਪਿੰਡ ਦਾ ਸਰਪੰਚ ਆ, ਇਹਦਾ ਮਤਲਬ ਇਹ ਨਹੀਂ ਕਿ ਇਹ ਕੁਝ ਵੀ ਕਰੇ ਅਤੇ ਤੂੰ ਕੁਝ ਵੀ ਨਾ ਕਹੇ। ਜੇ ਤੂੰ ਕੁਝ ਨਾ ਕਰੇ ਨਾ ਤਾਂ ਅਸੀਂ ਕਰਾਂਗੇ। ਬਹਿ ਜਾ ਕਾਕਾ, ਬਹਿ ਜਾ। ਚਾਚਾ ਸਿਆ, ਉਹ ਸੰਗਲ ਪਾ ਕੇ ਰੱਖ ਦੇ, ਦੋ ਵਾਰ ਤਾਂ ਮੇਰੇ ਘਰ ਵਾਲੀ ਦੀ ਬਾਂਹ ਫੜ ਲਈ ਇਹਨੇ। ਉਹ ਤਾਂ ਉਹਦਾ ਸੁਭਾਅ ਹੀ ਚੰਗਾ, ਬਈ ਜਵਾਬ ਨਹੀਂ ਦਿੰਦੀ ਕਿਸੇ ਨੂੰ। ਉਹ ਨਹੀਂ ਤਾਂ ਹੁਣ ਤੱਕ ਗੱਲ ਥਾਣੇ ਤਸੀਲੇ ਪਹੁੰਚ ਜਾਂਦੀ। ਬਹਿ ਜਾ ਬੇਟਾ। ਸਰਪੰਚ ਸਾਹਿਬ, ਤੁਸੀਂ ਸਰਪੰਚ ਬਣੇ ਹੋ, ਇਨਸਾਫ ਕਰਿਓ। ਚਾਚਾ ਇੰਨਾ ਤੂੰ ਸਾਊਂਗਾ ਨਾ, ਤੇਰਾ ਮੁੰਡਾ ਉਨਾ ਹੀ ਕੱਬਾ, ਕੁਸਲਖਾਨੇ 'ਚ ਲੋਕਾਂ ਦੀਆਂ ਤੀਵੀਆਂ ਦੇਖਦਾ, ਨਹਾਉਂਦੀਆਂ ਹੋਈਆਂ ਨੂੰ। ਬੈਠ ਪੁੱਤਰਾ, ਕੋਈ ਗੱਲ ਨਹੀਂ। ਇੱਕ ਮਿੰਟ ਸਰਪੰਚ ਸਾਹਿਬ, ਸਹੁੰ ਮਾਤਾ ਦੀ ਹੈ, ਇਹ ਨਾ ਮੈਨੂੰ ਘੂਰ ਕੇ ਮੇਰੀ ਦੁਕਾਨ ਤੋਂ ਧੱਕੇ ਨਾਲ ਸੌਦਾ ਲੈ ਕੇ ਆਉਂਦਾ। ਹਾਂ, ਪੂਰੇ 2500 ਰੁਪਏ ਹੋਏ ਪਏ ਨੇ, ਜੇ ਇਹਨੇ ਨਾ ਦਿੱਤੇ ਸਰਪੰਚ ਸਾਹਿਬ ਉਹ ਪੈਸੇ ਮੈਂ ਥੋਤੋ ਲੂੰ। ਹਾਂ ਸਹੁੰ ਮਾਤਾ ਦੀ ਹੈ। ਠੀਕ ਹੈ, ਬਹਿ ਜਾ। ਤੂੰ ਕੁਝ ਕਹਿਣਾ ਨਿੱਕਿਆ? ਉਹ ਬਾਪੂ, ਉਹ ਮੇਰੇ ਵਰਗਾ 100 ਮੁੰਡਾ ਤਾਂ ਸਾਰੇ ਪਿੰਡ 'ਚ ਨਹੀਂ, ਜਿਹਨੂੰ ਮਰਜ਼ੀ ਪੁੱਛ ਲਓ। ਪਿੰਡ ਵਾਲੇ ਤਾਂ ਬਿਨਾਂ ਪੁੱਛੇ ਹੀ ਤੇਰੀਆਂ ਸਿਫਤਾਂ ਕਰੀ ਜਾਂਦੇ ਨੇ, ਸਾਰੇ ਪਾਸੇ ਤੇਰੀਆਂ ਸਿਫਤਾਂ ਹੋ ਰਹੀਆਂ ਨੇ, ਪੁੱਛਣਾ ਕੀ ਹੈ? ਕਾਨੂੰਨ ਸਾਰਿਆਂ ਲਈ ਸਾਂਝਾ ਹੈ, ਤੂੰ ਗੁਨਾਹਗਾਰ ਹੈ ਇਹਨਾਂ ਦਾ। ਤੇਰਾ 5 ਦਿਨਾਂ ਵਾਸਤੇ ਦਾਣਾ ਪਾਣੀ ਬੰਦ, ਜੇ ਬਿਨਾਂ ਸੁਧਰਿਆ ਨਾ ਤਾਂ ਤੈਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ, ਸਮਝਿਆ ਨਾ? ਉਹ ਹਿੱਲ ਗਿਆ ਬੁੜਾ, ਉਹ ਲੋਕਾਂ ਨੇ ਸਰਪੰਚ ਦਾ ਕੀ ਬਣਾਤਾ, ਆਪਣੇ ਆਪ ਨੂੰ ਧਰਮ ਰਾਜ ਸਮਝਣ ਲੱਗ ਪਿਆ।
ਚੰਨੋ ਥੱਲਿਆ ਉਹ ਥੱਲੇ ਦਾ ਤੇ ਨਾਲ ਗੱਲ ਕਰਨੀ ਮੈਂ ਨਹੀਂ ਹੁਣ ਇਹ ਮਰਵਾਊਗਾ ਕਿਸੇ ਦਿਨ ਜਾਣ ਕੇ ਨੀ ਕੁਛ ਕਹਿੰਦਾ ਜਿਹਦੇ ਭਜਾਇਆ ਨਾ ਇਹਨਾਂ ਨੂੰ ਆ ਰਾਹ ਨਹੀਂ ਲੱਭਣਾ ਪਿੰਡਾਂ ਨੂੰ ਗੱਲ ਸੁਣ ਮੈਂ ਤੈਨੂੰ ਉੱਥੇ ਵੇਖਣਾ ਚਾਹੁੰਦੀ ਆ ਉੱਥੇ ਹਾਂ ਉੱਥੇ ਉਹ ਰਹਿਣ ਦੇ ਤੂੰ ਮੈਂ ਧਰਤੀ ਤੇ ਠੀਕ ਆ ਹਾਲੇ ਬਹੁਤ ਕੁਝ ਕਰਨਾ ਮੈਂ ਅੱਛਾ ਉਹ ਭਾਬੀ ਆ ਭਾਬੀ ਸ਼ਨੀਵਾਰੇ ਉਹ ਦਾਨ ਕਰੋ ਭਾਈ ਦਾਨ ਸ਼ਨੀਵਾਰੇ ਦਾਨ ਕਰੋ ਭਾਈ ਸ਼ਨੀਵਾਰ ਤਾਂ ਹਾਲੇ ਕੱਲ ਹੀ ਲੰਘਿਆ ਇਹ ਮਰ ਜਾਣੇ ਮੰਗਤਿਆਂ ਨੇ ਜਾਂ ਦੁਖੀ ਕੀਤੀ ਪਈ ਹੈ ਉਹ ਕੱਲ ਮੈਨੂੰ ਬੁਖਾਰਤੀ ਬੀਬੀ ਅੱਜ ਓਵਰ ਟਾਈਮ ਕਰਨ ਲੱਗੀ ਤੇਲ ਪਾਓ ਭੋਰਾ ਸ਼ਨੀਵਾਰ ਏ ਆਵਾਜ਼ ਕੁਛ ਜਾਣੀ ਪਹਿਚਾਣੀ ਜੀ ਲੱਗਦੀ ਹੈ ਇਹ ਮੂਕਾ ਤੋਂ ਟੱਕਿਆ ਤੂੰ ਉਹ ਬੀਬੀ ਭਾਈ ਮਾਤਾ ਨਿਕਲੀ ਆ ਤਾਂ ਕਰਕੇ ਦਾਨ ਕਰੋ ਦਾਨ ਭਾਬੀ ਭਜਾਏ ਨੂੰ ਇਹ ਤੋਂ ਪਹਿਲਾਂ 3-4 ਮੰਗਤੇ ਆ ਗਏ ਚੱਲ ਭੱਜ ਇੱਥੋਂ ਜਾਣਾ ਕਿ ਮੈਂ ਜੁੱਤੀ ਲਾਵਾਂ ਚੱਲ ਦਫਾ ਹੋ ਉਹ ਬੀਬੀ ਪੈਸੇ ਤੁਹਾਡੀ ਮਰਜ਼ੀ ਆ ਪਰ ਖਾਲੀ ਨਹੀਂ ਮੁੜੀਦਾ ਕਿਸੇ ਨੂੰ ਕਿਵੇਂ ਲੱਗਿਆ ਡਰਾਮਾ ਉਹ ਮਰ ਜਾਣੀ ਆ ਚੁੰਨੀ ਤਾਂ ਦੇ ਜਾ ਫੜ ਤੇਰੀ ਚੁੰਨੀ ਬੰਦਾ ਬਣ ਜਾ ਨਿੱਕਿਆ ਬੰਦਾ ਉਹ ਧਿਆਨ ਨਾਲ ਦੇਖ ਬਾਪੂ ਖੋਤਾ ਨਹੀਂ ਮੈਂ ਬੰਦਾ ਹੀ ਹਾਂ ਕੰਮ ਤਾਂ ਤੇਰੇ ਬੰਦਿਆਂ ਵਾਲੇ ਹੈ ਨਹੀਂ ਖੋਤਿਆਂ ਵਾਲੇ ਕੰਮ ਨੇ ਤੇਰੇ ਉਹ ਤੂੰ ਨਹੀਂ ਬੋਲਦਾ ਬਾਪੂ ਆ 4 ਕਿੱਲੇ ਬੋਲਦੇ ਆ ਵੈਸੇ ਹਰ ਕੁੱਤੇ ਦਾ ਟਾਈਮ ਆਉਂਦਾ ਕਿ ਦਿਨ ਅੱਜ ਤੇਰਾ ਅਤੇ ਕੱਲ੍ਹ ਨੂੰ ਮੇਰਾ ਭੁੱਲ ਜਾ ਪੁੱਤਰਾ ਮੇਰੇ ਜਿਉਂਦੇ ਜੀ ਤੇਰਾ ਟਾਈਮ ਆਊਗਾ ਸਾਲਾ ਹੀ ਪ੍ਰੇਮ ਟੋਪੜਾ ਬਣਾਇਆ ਫਿਰਦਾ ਉਹ ਭਾਬੀ ਉਹ ਬੱਲੇ ਉਹ ਬੜੀਆਂ ਲਪਟਾਂ ਛੱਡੀਆਂ ਨੇ ਭਾਬੀ ਕਿਹੜਾ ਸੈਂਟ ਲਾਉਂਦੀ ਆ ਸਾਨੂੰ ਵੀ ਦੱਸ ਦੇ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਨਾ ਤੈਨੂੰ ਨਾ ਦੱਸ ਕੇ ਮੈਂ ਸੈਂਟ ਦਾ ਨਾਂ ਥੋੜੀ ਖਰਾਬ ਕਰਨਾ ਉਹ ਨਹੀਂ ਦੱਸਣਾ ਨਾ ਦੱਸ ਥੋੜੀ ਜਿਹੀ ਨਾਲ ਕਰਕੇ ਸਰ ਜਾ ਸਾਡੇ ਚ ਵੀ ਜਾਣੀ ਹਟ ਜਾਓ ਮੁਸਕ ਜੀ ਕੱਲੀ ਲਈ ਇਹਨਾਂ ਵੀ ਨਿੱਕਿਆ ਲੱਗਦਾ ਮੂਰਤ ਤੇਰੇ ਤੋਂ ਹੀ ਹੋਊ ਇਹਦਾ ਉਹਦੇ ਤਾਂ ਤੂੰ ਬਚ ਗਿਆ ਟਲ ਜਾ ਜੇ ਟਲ ਸਕਦਾ ਨਹੀਂ ਤਾਂ ਮਾਰ ਮਾਰ ਗਲੀਆਂ ਕੱਢ ਤੂੰ ਸਿਰ ਚ ਭਾਬੀ ਦੇਖਣ ਨੂੰ ਬੜੀ ਭੋਲੀ ਚ ਲੱਗਦੀਆਂ ਪਰ ਹੈ ਬੜੀ ਕਪੱਤੀ ਆਹ ਸੋਚਾ ਤਾਂ ਖੁੱਡੇ ਲੈਣ ਲਾਇਆ ਪੈ ਜਮੀ ਵੈਸੇ ਮੇਰੇ ਵਰਗਾ ਸਾਹੂ ਹੈ ਨਹੀਂ ਪਿੰਡ ਚ ਕੋਈ ਉਹ ਆਉਂਦਾ ਚਾਚਾ ਦੱਸਾਂ ਉਹਨੂੰ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਉਹ ਸੁੱਚਿਆ ਉਹ ਡੁੱਬ ਕੇ ਮਰ ਜਾ ਸਾਲਿਆ ਓਏ ਉੱਥੇ ਨਿੱਕਾ ਭਰਜਾਈ ਨੂੰ ਛੇੜ ਜਾਂਦਾ ਸੀ ਜੇ ਸਾਡੀਆਂ ਤੀਵੀਆਂ ਨੂੰ ਛੇੜਦਾ ਨਾ ਟੱਕਰੇ ਕਰ ਦਿੰਦੇ ਹੁਣ ਤੱਕ ਹਾਂ ਹਾਂ ਓਏ ਸਾਲਾ ਵੱਢਿਆ ਜਾਊ ਮੇਰੇ ਹੱਥੋਂ ਭੋਲਿਆ ਮੇਰੇ ਸਿਰ ਤੇ ਖੂਨ ਸਵਾਰ ਹੋ ਗਿਆ ਓਏ ਚਲੋ ਮੇਰੇ ਨਾਲ ਪਹਿਲਾਂ ਤਾਂ ਬਲਵੀਰ ਉਹਦੇ ਕਰੂੰਗਾ ਟੋਟੇ ਹਾਂ ਫੇਰ ਸਾਲੇ ਲੰਡੂ ਨਿੱਕੇ ਨੂੰ ਵੱਢੂ ਚਲੋ ਓਏ ਖੜ ਜਾ ਕੱਲ ਦਿਆਂ ਆ ਪਹਿਲਾਂ ਕੁੰਡਾ ਤਾਂ ਖੋਲ ਲੈਣ ਦੇ ਬਲਵੀਰੋ ਆ ਜਾ ਓਏ
ਬਲਵੀਰੋ ਜੇ ਮਾਂ ਦਾ ਦੁੱਧ ਪੀਤਾ ਤਾਂ ਨਿਕਲ ਬਾਹਰ। ਓਏ ਮੈਨੂੰ ਲੱਗਦਾ ਭਾਬੀ ਨੂੰ ਸੁਣਿਆ ਨੀ, ਲਲਕਾਰਾ ਮਾਰ ਜੋੜ ਦੀ। ਓਏ ਬਾਹਰ ਵੀ ਆਏਗੀ ਜਾਂ ਅੰਦਰੇ ਕੁੱਤੇ ਵਾਂਗੂ ਭੌਂਕੀ ਜਾਏਗੀ। ਲੈ ਹੁਣ ਚੰਨੋ ਨੂੰ ਭੇਜਤਾ। ਹਾਂ ਵੀਰੇ, ਕੀ ਰੋਲਾ ਪਾਇਆ? ਬਲਵੀਰ ਉਹ ਕਿੱਥੇ ਹੈ? ਭਾਬੀ ਤਾਂ ਹੈ ਨੀ ਘਰੇ, ਦਾਰੂ ਪੀਤੀ ਹੈ ਤੁਹਾਡੀ। ਉਹਨੂੰ ਕਹਿ ਕੇਰਾ ਸਾਹਮਣੇ ਆਵੇ ਮੇਰੇ। ਨਾ ਕਿ ਮਾਂ ਵਰਗੀ ਤੇਰੀ ਜਿਹੜਾ ਤੜਕੇ ਤੜਕੇ ਇੰਨਾ ਰੋਲਾ ਪਾਇਆ। ਓਏ ਆ ਜਾ ਸੜਿਆ, ਦੱਸ ਹੁਣ ਕੀ ਹੋਇਆ? ਥਾਪੜੇ ਖਾਏਗਾ। ਓਏ ਇਹਨਾਂ ਨੇ ਕਿਹਾ ਤੀ ਬਲਵੀਰੋ ਕਿ ਨਿੱਕਾ ਤੇ ਬਲਵੀਰੋ। ਹਾਂ ਕਿਹਨੇ ਕਿਹਾ ਤੀ? ਇਹਨਾਂ ਨੇ। ਯਾਰੇ ਯਾਰੇ ਜੇ ਪਤਾ ਲੱਗੀ ਗਿਆ ਤਾਂ ਇੱਥੇ ਕੀ ਕਰਦਾ? ਜਾ ਕੇ ਲੱਤਾਂ ਬਾਹਾਂ ਤੋੜ ਦਿਓ ਦੀਆਂ। ਓ ਤੂੰ ਮੇਰੀ ਅਣਖਣਾ ਜਗਾਓ ਬਲਵੀਰੋ। ਲੈ ਫਿਰ ਆਸ਼ੀਰਵਾਦ ਦੇ, ਨਹੀਂ ਦੇਣਾ ਤਾਂ ਨਾ ਵੀ ਦੇ, ਚਾਹੁੰਦਾ ਤਾਂ ਮੈਂ ਉਹਨੂੰ ਉਹ ਵੀ ਨਹੀਂ ਛੱਡਣਾ ਨਿੱਕਿਆ। ਔਤਰਿਆਂ ਦਾ ਕਮਲਾ ਮੇਰੇ ਹੀ ਪੱਲੇ ਪੈਣਾ ਸੀ। ਉਹ ਗੱਲ ਸੁਣ ਸੋਚਿਆ, ਉਹ ਮੈਂ ਤਾਂ ਉੱਥੋਂ ਆ ਗਿਆ ਸੀ ਯਾਰ, ਭਰਜਾਈ ਦਾ ਸੁਭਾਅ ਹੀ ਬੜਾ ਕੱਬਾ, ਪਤਾ ਨਹੀਂ ਕਦੋਂ ਥਾਪੜਾ ਕੱਢ ਮਾਰੇ। ਵੈਸੇ ਗੁੱਸੇ ਤੇ ਵੀ ਉੱਪਰ ਜਾਈ ਜਾਦੇ। ਓਏ ਬਦਲਾ ਚਾਹੀਦਾ ਜੋਰਿਆ ਬਦਲਾ। ਉਹਨੇ ਕਿਹਾ ਬਦਲਾ ਲੈ ਲਈ ਸੁੱਚਿਆ ਐ ਕਿ ਮਾਂ ਦਾ ਜਾਇਆ। ਚਲੋ ਮੈਨੂੰ ਲੱਗਦਾ ਕਿਸੇ ਮਾਰ ਤੇ ਚੱਲਿਓ ਸ਼ੇਰਾ। ਉਹ ਚਾਚਾ ਕਿਤੇ ਨਿੱਕੇ ਨੂੰ ਦੇਖਿਆ? ਨਾ ਸ਼ੇਰਾ, ਦੂਰ ਦੀ ਨਿਗਾਹ ਤਾਂ ਬਾਹਲੀ ਘੱਟ ਗਈ, ਦੂਰੋਂ ਤਾਂ ਬਸ ਇਕੱਲੀ ਤੀਵੀਂ ਦਿੰਦੀ ਆ, ਬੰਦਾ ਨਹੀਂ, ਬੰਦਾ ਤਾਂ ਥੋੜਾ ਧੁੰਦਲਾ ਹੀ ਦਿੰਦਾ। ਓਏ ਮੇਰੇ ਸਿਰ ਤੇ ਖੂਨ ਸਵਾ ਤੇਰੀ ਭੈਣ ਦੇ। ਓਏ ਮੈਨੂੰ ਨਿੱਕਾ ਚਾਹੀਦਾ, ਬਸ ਨਿੱਕਾ। ਫੇਰ ਕਰਤਾ ਕੋਈ ਕਾਰਾ ਨਿੱਕੇ ਨੇ? ਬਲਬੀਰੋ ਭਾਬੀ ਦੀ ਬਾਂਹ ਫੜ ਲਈ ਉਹਨੇ, ਉਹ ਵੀ ਸ਼ਰਿਆਮ। ਬਾਗਰੂ ਬਾਗਰੂ ਸ਼ੇਰਾ, ਹੈ ਚਾਨੋ ਕਾਹਨੂੰ ਮਾਰਨਾ, ਲੱਤ ਬਾਂਹ ਤੋੜ ਦਿਓ ਬਹੁਤ ਆ, ਵੈਸੇ ਤੀਵੀਂ ਪਿੱਛੇ ਹੁੰਦਾ ਕਤਲ ਹੀ ਆ। ਓਏ ਕਤਲ ਅੱਜ ਵੀ ਹੋਊ ਚਾਚਾ, ਚੱਲ ਜੋਰੇ ਚੱਲ ਫਿਰ। ਵੱਡਾ ਆ ਕਤਲ ਵਾਲਾ, ਬਲਵੀਰ ਨੂੰ ਦੇਖ ਕੇ ਤਾਂ ਤੇਰਾ ਮੂਤ ਵਿੱਚੇ ਨਿਕਲ ਜਾਂਦਾ, ਕਤਲ ਕਰੂਗਾ ਇਹ। ਰਾਮ ਰਾਮ ਲਾਲਾ, ਡੱਬੀ ਨਸਵਾਰ ਦੀ ਚਾਹੀਦੀ ਹੈ ਨਾ। ਸੱਤ ਡੱਬੀਆਂ ਦੇ ਪੈਸੇ ਤੇਰੀ ਮਾਂ ਦਊ, ਨਸਵਾਰ ਹੀ ਪਹਿਲਾਂ ਤੇਰੇ ਕੰਨੀ ਸੱਤ ਡੱਬੀਆਂ ਨੇ ਭਾਈ, ਫਿਰ ਅੱਠ ਦੇ ਇਕੱਠੇ ਕਰ ਲਈ। ਦੁਰ ਫਿੱਟੇ ਮੂੰਹ, ਮੈਂ ਤਾਂ ਤੈਨੂੰ ਅੱਧੀ ਡੱਬੀ ਬਣੀ ਦਿੰਦਾ ਧਾਰ ਖੜੇ ਹਾਂ ਨੂੰ। ਦੁਰ ਫਿੱਟੇ ਮੂੰਹ, ਚੱਲ ਪਰੇ ਹਟ। ਰਾਮ ਰਾਮ, ਕਿੱਥੋਂ ਲੱਗ ਗਿਆ ਕਲੈਣਾ ਮੱਛੀ, ਅੱਜ ਦਾ ਕੋਈ ਕੰਮ ਬਣੀ ਬਈ? ਇਹ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗਾ, ਸਾਰਿਆਂ ਨੂੰ ਇਨਸਾਫ ਮਿਲੇਗਾ। ਜੇਲਿਆ, ਤੇਰੀ ਜੋ ਵੀ ਸਮੱਸਿਆ ਹੈ, ਮੇਸੀ ਦੇ ਨਾਲ ਜੋ ਵੀ ਤੇਰਾ ਰੌਲਾ ਹੈ, ਉਹ ਖੁੱਲ੍ਹ ਕੇ ਦੱਸ ਇੱਥੇ। ਮੈਂ ਜੀ ਮੇਸੀ ਤੋਂ 2,000 ਰੁਪਇਆ ਲਿਆ। ਅੱਛਾ, ਡੂਢ ਸਾਲ ਹੋ ਗਿਆ ਸੁਨੇਤ ਵਿਆਜ ਦੇ ਮੋੜ 'ਤੇ, ਹੁਣ ਇਹ ਦੁਬਾਰੇ ਫੇਰ ਮੰਗਦਾ। ਮੈਂ ਪਹਿਲਾਂ ਮਸਾਂ ਬਣਾਏ ਤੂੰ ਦੁਬਾਰੇ ਕਿੱਥੋਂ ਦੇਵਾਂ? ਦੁਬਾਰਾ ਮੰਗਦਾ? ਹਾਂ ਦੁਬਾਰੇ ਮੰਗਦਾ। ਮੇਸੀ, ਇਹ ਮੈਂ ਕੀ ਸੁਣ ਰਿਹਾ? ਹਾਂ ਨਾ, ਵਿਆਜ ਤੇਰਾ ਪਿਓ ਭਰੂ। ਪੈਸੇ ਲੈਣ ਵੇਰੀ ਤਾਂ ਥੋੜੇ ਰੱਬ ਨੀ ਚੇਤੇ ਹੁੰਦਾ, ਜਦੋਂ ਪੈਸੇ ਦੇਣੇ ਆ ਫੇਰ ਦੇਖ ਕੇ ਮੇਰੇ ਦਿਆ। ਹਾਂ ਚਾਚਾ ਜੀ, ਸਹੁੰ ਦੇ ਵੀ ਜੇ ਇੱਕ ਖੋਟਾ ਪੈਸਾ ਵੀ ਵੱਧ ਲਾਇਆ ਹੋਵੇ। ਹੈਂ, ਨਾਲੇ ਆ ਸਾਡੀ ਬਹੀ ਝੂਠ ਨਹੀਂ ਬੋਲਦੀ, ਆ ਇਕੱਲੇ ਇਕੱਲੇ ਵਰਕੇ ਤੇ ਪੈਸੇ ਲਿਖੇ ਪਏ ਨੇ। ਹਾਂ ਇਹ ਤਾਂ ਸਾਰੀ ਝੂਠ ਹੈ। ਮੇਚੀ ਜੇਲਾ, ਤੈਨੂੰ ਤੇਰੇ ਪੈਸੇ ਦੇ ਚੁੱਕਿਆ, ਹੁਣ ਤੂੰ ਉਸ ਉੱਪਰ ਕਾਂਟਾ ਮਾਰ ਦੇ। ਨਾ ਤੁਹਾਡੇ ਘਰ ਦਾ ਰਾਜਾ, ਪੈਸੇ ਤਾਂ ਮੈਂ ਲੈ ਕੇ ਜਾਊਂ। ਹਾਂ ਉਹ ਠਹਿਰੋ, ਇਹ ਠਹਿਰੋ, ਇਹਦੀ ਲੋੜ ਨਹੀਂ, ਛੱਡੋ ਛੱਡੋ। ਤੈਨੂੰ ਤੇਰਾ ਹੱਕ ਜੇਲਾ ਦੇ ਚੁੱਕਿਆ, ਕਿਸੇ ਗਰੀਬ ਦਾ ਹੱਕ ਮਾਰੇਗਾ ਤਾਂ ਨਰਕਾਂ ਨੂੰ ਜਾਏਗਾ, ਧਰਮ ਰਾਜ ਨੂੰ ਕੀ ਲੇਖਾ ਦੇਗਾ? ਮੈਂ ਤੈਨੂੰ ਕਹਿ ਦਿੱਤਾ, ਜੋ ਵੀ ਇਹਦਾ ਹਿਸਾਬ ਕਿਤਾਬ ਹੈ
ਉਹਦੇ ਉੱਪਰ ਹੁਣ ਕਾਂਟਾ ਮਾਰ ਦੇ, ਸਮਝਾ ਨਾ। ਆਓ ਬਈ। ਇਹ ਕੋਈ ਇਨਸਾਫ ਕਰੇ। ਹਾਂ, ਅੱਜ ਤੋਂ ਬਾਅਦ ਆ ਜਾਈ ਹੱਟੀ ਤੇ, ਜੇ ਤੈਨੂੰ ਮੈਂ ਪੰਜੀ ਦੀਆਂ ਖਿੱਲਾਂ ਵੀ ਦੇ ਦਾਂ। ਹਾਂ ਲੈ ਵੀ ਤਿਆਰ ਰਹੋ, ਹੈ ਨਾ, ਜਿਵੇਂ ਤੁਹਾਨੂੰ ਸਮਝਾਇਆ ਉਵੇਂ ਮੈਂ ਕਰਨਾ, ਮੈਂ ਦੇਖ ਕੇ ਆਵਾਂ ਆ ਗਿਆ ਕਿ ਨਹੀਂ। ਨਿੱਕਾ ਲਾਣੀ ਦਾ ਉਹ ਨਿੱਕਾ ਲਾਣੀ ਦਾ ਨਿੱਕਾ ਲਾਣੀ ਦਾ ਉਹ ਯਾਰਾਂ ਦਾ ਯਾਰ ਨਿੱਕਾ ਲਾਣੀ ਦਾ। ਆ ਸਾਰਾ ਪਿੰਡ ਮੈਨੂੰ ਕਮਲੀ ਸਮਝਦਾ, ਮੈਂ ਸਭ ਦਾ ਭਲਾ ਕਰਦਾ, ਮੇਰੀ ਤਾਂ ਤਕਦੀਰ ਏ ਮਾੜੀ ਆ। ਉਹ ਆ ਗਿਆ ਆ ਗਿਆ ਆ ਗਿਆ, ਉਹ ਫੜ ਲਓ, ਉਹ ਫੜ ਲਓ, ਘੁੱਟ ਕੇ ਫੜ ਲਓ। ਹੈਂ, ਉਹ ਇਹ ਤਾਂ ਨਿੱਕਾ। ਉਹ ਛੱਡੋ, ਉਹ ਛੱਡੋ ਮੈਨੂੰ, ਉਹ ਛੱਡੋ, ਉਹ ਪਿੰਡ ਵਾਲਿਓ, ਉਹ ਬਚਾਓ, ਉਹ ਚਾਚਾ, ਉਹ ਕੋਈ ਹੈ, ਉਹ ਬਚਾ ਲਓ, ਉਹ ਪਿੰਡ ਵਾਲਿਓ। ਉਹ ਕਿੱਥੇ ਲੈ ਕੇ ਚੱਲੇ? ਉਹ ਛੱਡ ਤੂੰ, ਪਤਾ ਕੀ ਲੈਣਾ ਸੀ? ਉਹ ਨਿੱਕਿਆ, ਉਹ ਨਿੱਕਿਆ, ਉਹ ਚੱਲ ਆਪਾਂ ਕੀ ਲੈਣਾ, ਸਰਪੰਚ ਨੂੰ ਦੱਸਦਾ ਜਾ। ਉਹ ਸਰਪੰਚ, ਉਹ ਸਰਪੰਚ, ਉਹ ਆਪਣੇ ਨਿੱਕੇ ਨੂੰ ਲੈ ਕੇ ਉਹ ਚੱਕ ਕੇ, ਉਹ ਸਰਪੰਚ, ਉਹ ਸਰਪੰਚ, ਉਹ ਆਪਣੇ ਨਿੱਕੇ ਨੂੰ ਲੈ ਕੇ ਉਹ ਚੱਕ ਕੇ, ਉਹ ਸਰਪੰਚ। ਉਹ ਸਾਲੋ ਛੇਤੀ ਲੈ ਕੇ ਚੱਲੋ, ਮੈਨੂੰ ਕੋਈ ਦੇਖ ਨਾ ਲਵੇ। ਛੇਤੀ ਛੇਤੀ, ਉਹ ਚਾਚੇ, ਉਹ ਕਰਾਂ ਸੁਨੇਹਾ ਲਾ ਦੀ, ਉਹ ਬਾਪੂ ਆ ਜਾ ਫੌਜ ਨੂੰ ਲੈ ਕੇ ਮੈਨੂੰ ਛਡਾਉਣ, ਆ ਲੈ ਚੱਲੇ ਮੈਨੂੰ ਕੋਈ। ਉਹ ਛੇਤੀ ਪਾਓ ਗੱਡੀ, ਸਾਲੇ ਮਾਰੋ ਸਰ, ਉਹ ਛੇਤੀ ਕਰੋ, ਕੋਈ ਆ ਨਾ ਜਾਵੇ ਛਡਾਉਣ। ਪੈ ਜਾ ਸਾਲੇ ਕਾਲੇ, ਤੂੰ ਵੀ ਛੇਤੀ ਪੈ ਜਾ। ਹੈਂ, ਉਹ ਗੱਡੀ ਤਾਂ ਉਹੀ ਲੱਗਦੀ ਆ। ਹੁਣੇ ਜਾ ਕੇ ਸਰਪੰਚ ਨੂੰ ਦੱਸਦਾ। ਉਹ ਸਰਪੰਚ, ਉਹ ਸਰਪੰਚ, ਉਹ ਸਰਪੰਚ, ਉਹ ਆਪਣੇ ਨਿੱਕੇ ਨੂੰ ਚੱਕ ਕੇ ਲੈ ਗਏ। ਉਹ ਨਸਵਾਰੀ, ਕੀ ਬਕਵਾਸ ਮਾਰੀ ਜਾਂਦੇ? ਲੈ, ਤੂੰ ਮੇਰੀ ਗੱਲ ਦਾ ਝੂਠ ਮੰਨੀ ਜਾਂਦਾ। ਉਹ ਮੇਰੇ ਸਾਹਮਣੇ ਚੱਕ ਕੇ ਗੱਡੀ ਸਿੱਟਿਆ, ਗੱਡੀ ਕੋਲੋਂ ਛੂ ਕਰਕੇ ਲੰਘ ਗਈ, ਪਰ ਪਤਾ ਨਹੀਂ ਲੈ ਕੇ ਕਿੱਥੇ ਗਏ ਨੇ। ਸੱਚੀ? ਹਾਂ। ਉਹ ਕਿੱਥੇ, ਮੈਨੂੰ ਭੁਲੇਖਾ ਤਾਂ ਨਹੀਂ ਪੈ ਗਿਆ? ਚੱਲ ਆਪਾਂ ਤਾਂ ਕੀ ਲੈਣਾ। ਉਹ ਸਰਪੰਚ, ਉਹ ਮੈਂ ਵੀ ਆਉਣਾ, ਉਹ ਖੜਦਾ ਇੱਕ ਮਿੰਟ। ਪੈਸੇ ਲੈ ਜੋ, ਚਲੋ ਨਿਕਲੋ। ਵੈਸੇ ਭਾਈ ਇਹ ਆਪਾਂ ਡਰਾਮਾ ਕੀਤਾ ਕਿਉਂ ਸੀ? ਹੈਗੇ ਨੇ ਕੁਝ ਲੰਡੂ ਬੰਦੇ ਪਿੰਡ ਦੇ, ਜਿਹੜੀ ਸਾਲੇ ਦੀ ਹਵਾ ਖਰਾਬ ਤੀ। ਹੁਣ ਦੇਖੀ ਉਹ ਵੀ ਕੀ ਸਾਲੇ ਯਾਦ ਰੱਖਣਗੇ ਵੀ ਪਿਆ ਤਾਂ ਨਿੱਕੇ ਲਾਣੇ ਦਾ ਨਾਲ ਪੰਗਾ। ਸਾਲੇ ਨੇ ਛਾਲਾਂ ਜਿੰਨਾ ਚੁਕਾਈਆਂ, ਮੈਨੂੰ ਵੀ ਨਿੱਕਾ ਲਾਣੇ ਦਾ ਰੱਖੇ ਨਹੀਂ ਕਹਿਣਾ। ਚਲੋ ਨਿਕਲੋ, ਚਲੋ ਡੰਡੀ ਗਰਮ। ਨਿਕਲਾਣੇਦਾਰ ਰੋਲਦਾ ਤੇਰੀ ਅੱਖ ਨੇ ਹਾਏ ਮੁਟਿਆਰ, ਨਿਕਲਾਣੇਦਾਰ ਰੋਲਦਾ। ਹੁਣ ਦੇਖੀ ਫਿਰ ਸਾਲੇ ਕਿਵੇਂ ਚੱਕੇ ਫਿਰਦੇ ਨੇ, ਪੁੱਛਾ ਨਿੱਕਾ ਨਹੀਂ ਦਿਆਉਂਦਾ। ਤੇਰੀ ਕਸਰ ਯਾਰ, ਸੁਨਸਾਨ ਜਗ੍ਹਾ 'ਤੇ ਤੂੰ ਹੁੰਦੀ ਨਾ ਤਾਂ ਸਵਾਦ ਹੋਰ ਆ ਜਾਂਦਾ ਕਨਰੈਪ ਹੁਣ ਦਾ। ਕੋਈ ਗੱਲ ਨਹੀਂ, ਮਿਲਦੇ ਹਾਂ ਫਿਰ ਆਪਾਂ। ਭਾਬੀ, ਭਾਬੀ ਉਹ ਦੇਖ ਲੈ ਕੀ ਚੰਨ ਚੜਾਇਆ, ਸਾਰੇ ਪਿੰਡ ਵਾਲੇ ਗਲ ਪੈਂਤਨ ਜਾਂਦੇ ਆ। ਹਾਂ ਭਾਬੀ, ਮੇਰਾ ਤਾਂ ਆਪ ਦਿਲ ਡਰੀ ਜਾਂਦਾ, ਪਤਾ ਨਹੀਂ ਕੀ ਬਣੂਗਾ। ਜੀ ਤਾਕੜਦਾ ਤਲਾਕ ਦੇ ਦਾ ਕੰਜਣ ਨੂੰ, ਦੋ ਚਾਰ ਥੱਪੜੇ ਲਾਉਣ ਨੂੰ ਕਿਹਾ ਸੀ, ਚੱਕ ਕੇ ਲੈ ਜਾਣ ਦੀ ਕੀ ਲੋੜ ਸੀ। ਹਾਂ ਭਾਬੀ, ਵੀਰੇ ਦਾ ਤਾਂ ਗੁੱਸਾ ਵੀ ਬੜਾ ਭੈੜਾ। ਇੱਧਰ ਆ ਤੂੰ, ਤੈਨੂੰ ਤਾਂ ਮੈਂ ਦੱਸਦੀ ਹਾਂ, ਕਿੱਥੇ ਕਿੱਥੇ ਲੁਕ ਰਿਹਾ ਤੂੰ? ਮਰ ਜਾਓ, ਕੀ ਚੰਨ ਚੜਾਇਆ ਤੁਸੀਂ, ਕਿੱਥੇ ਸੁੱਟਿਆ ਨਿੱਕੇ ਨੂੰ?
ਓਏ ਸਾਡੇ ਤਾਂ ਉਹ ਮੱਥੇ ਵੀ ਨਹੀਂ ਲੱਗਿਆ, ਅਸੀਂ ਕਿੱਥੇ ਚੱਕਿਆ ਉਹਨੂੰ? ਉਹ ਤਾਂ ਸਾਲੇ ਚਾਚੇ ਨਸਵਾਰੀ ਨੇ ਉਹੀ ਪਿੰਡ ਚ ਗੱਲ ਉਡਾਤੀ, ਸਾਰਾ ਪਿੰਡ ਪਿੱਛੇ ਪਿਆ ਹੋਇਆ ਸਾਡੇ। ਭਰਜਾਈ ਥੋੜਾ ਧਿਆਨ ਨਾਲ ਦੇਖ ਨਾ, ਅਸੀਂ ਤੈਨੂੰ ਬੰਦੇ ਚੱਕਣ ਵਾਲੇ ਦੀ ਨੇ। ਮੈਂ ਵੀ ਕਹਾਂ ਐਨੇ ਜੋਗੇ ਕਿੱਥੋਂ ਹੋ ਗਏ, ਪਰ ਨਿੱਕਾ ਹੈ ਕਿੱਥੇ ਸਾਨੂੰ ਕੀ ਪਤਾ ਭਰਜਾਈ। ਉਹ ਮੈਂ ਤਾਂ ਜਾਣ ਕੇ ਨੀ ਕੁਛ ਕਹਿੰਦਾ, ਜਿਹਦੇ ਭਜਾਇਆ ਨਾ ਇਹਨਾਂ ਨੂੰ, ਆ ਰਾਹ ਨੀ ਲੱਭਣਾ ਪਿੰਡ ਵਾਲਿਆਂ। ਅੱਛਾ ਅੱਛਾ ਵੀਰੇ, ਤੁਸੀਂ ਅੰਦਰ ਲੁੱਕ ਜਾਓ, ਕਿਤੇ ਕੋਈ ਆ ਨਾ ਜਾਏ। ਹਾਂ ਹਾਂ ਚਲੋ ਚਲੋ ਛੇਤੀ। ਭਾਬੀ ਮੈਂ ਨਾ। ਚੰਨੋ ਤੂੰ ਆ ਕਰ, ਮੈਂ ਰਸੋਈ ਦਾ ਕੰਮ ਕਰਦੀ ਹਾਂ। ਭਾਬੀ ਮੇਰੀ ਗੱਲ ਸੁਣ, ਉਹ ਜੀਤੀ ਨੇ ਮੈਨੂੰ ਸੁਨੇਹਾ ਲਾਇਆ ਸੀ, ਮੈਂ ਮਾੜਾ ਉਹਦੇ ਘਰੇ ਜਾ ਆਇਆ ਵਾਂ। ਜਾ ਪਰ ਛੇਤੀ ਆ ਜੀ, ਤੇਰੇ ਵੀਰ ਦਾ ਤੈਨੂੰ ਪਤਾ ਹੀ ਹੈ, ਉਹਨੇ ਮਾਰਨਾ ਮੈਨੂੰ, ਠੀਕ ਹੈ? ਹਾਂ ਹਾਂ। ਘੰਟਾ ਹੋ ਗਿਆ ਖੜਿਆ ਨੂੰ, ਅੱਗੇ ਰੋਜ਼ ਲੰਘਦੀ ਹੋ ਰਹੀ, ਅੱਜ ਪਤਾ ਨਹੀਂ ਕਿੱਥੇ ਰਹਿ ਗਈ, ਕਿੰਨੇ ਦਿਨ ਹੋ ਗਏ ਮਿਲਿਆ ਨੂੰ, ਪਤਾ ਨਹੀਂ ਹੋ ਗਈ ਪਤਾ ਇੰਨਾ, ਕਿਤੇ ਸੁੱਕੀ ਨਾ ਜਾਣਾ ਪੈਜੇ। ਮਰਜੀ ਤੂੰ ਮਾਇਆ, ਕਿਉਂ ਚਿੱਕਾ ਮਰੀ ਜਾਨੀ, ਕਿੱਥੇ ਰਹਿ ਗਈ ਤੀ, ਤੈਨੂੰ ਪਤਾ ਮੇਰਾ ਸਰਦਾ ਨਹੀਂ ਤੇਰੇ ਬਿਨਾ। ਹੈਂ ਕੀ ਹੋ ਜਾਂਦਾ? ਦੇਖਿਆ ਤਮਾਸ਼ਾ, ਕਿਹਾ ਤਾ ਨਾ ਜਿੱਦੇ ਭਜਾਏ ਰਾਹ ਨਹੀਂ ਲੱਭਣਾ। ਸੱਚੀ ਲਾਣੇਦਾਰਾ, ਤੂੰ ਤਾਂ ਸਾਰੇ ਪਿੰਡ ਨੂੰ ਭਸੂੜੀ ਪਾਈ ਪਈ ਆ, ਸਭ ਲੁਕਦੇ ਫਿਰਦੇ ਆ। ਚੱਲ ਛੱਡ, ਭੁੱਖ ਬੜੀ ਲੱਗੀ ਆ, ਖਾਣ ਨੂੰ ਦੇ ਕੁਛ। ਮੈਨੂੰ ਖਾ ਲੈ, ਤੈਨੂੰ ਤਾਂ ਫਰਾਈ ਕਰਨਾ ਪੈਣਾ ਪੁੱਤ। ਧਰਮ ਨਾਲ ਸਵਾਲ ਹੀ ਆ ਗਿਆ ਨਿੱਕੇ ਤੇ ਚੰਨਨ ਨੂੰ ਦੇਖ ਕੇ, ਤਾਂ ਮੈਨੂੰ ਤਾਂ ਜਵਾਨੀ ਦੇ ਦਿਨ ਯਾਦ ਆ ਗਏ। ਹਜੇ ਵੀ ਮੈਂ ਕਿਹੜਾ ਬੁੜਾ ਹੋ ਗਿਆ, ਹਜੇ ਵੀ ਮੇਰੀ ਉਮਰ 40 ਤੇ 2 ਦੀ ਹੋਈ ਹੈ। ਨਾਲੇ ਸਿਆਣੇ ਕਹਿੰਦੇ ਨੇ ਵੀ ਬੰਦਾ ਤੇ ਘੋੜਾ ਕਦੇ ਬੁੜੇ ਨਹੀਂ ਹੁੰਦਾ, ਪਰ ਆ ਨਿੱਕੇ ਤੇ ਚੰਨਨ ਦਾ ਚੋਲ ਮੋਲ ਬੜੇ ਨਜ਼ਾਰੇਦਾਰ ਹੈ। ਹੁਣ ਮੌਕਾ ਪਿੰਡ ਜਾ ਕੇ ਰੌਲਾ ਪਾਉਣ ਦਾ, ਇਹਨਾਂ ਨੂੰ ਮਨਾਉਣ ਦੇ ਆਪਣਾ ਸੁਗਲ ਤੇ ਮੈਂ ਆਪਣਾ ਮਨਾਉਣਾ, ਤੇ ਹੁਣੇ ਜਾਣਾ। ਜੰਗਲ ਚ ਮੰਗਲ ਲਾਇਆ ਪਿਆ ਭਤੀਜ, ਹੈ ਪਰ ਮੈਂ ਕੁਝ ਦੇਖਿਆ ਨੀ। ਉਹ ਪਿੰਡ ਜਾ ਕੇ ਰੌਲਾ ਪਾਉਣ ਦੀ ਕਾਲ ਚ ਚਾਚਾ। ਨਾ ਨਾ ਸ਼ੇਰਾ, ਕੰਜਰ ਹੋਵੇ ਜਿਹੜਾ ਪਿੰਡ ਜਾ ਕੇ ਭੋਰਾ ਵੀ ਬੋਲੇ। ਉਹ ਤੂੰ ਬੋਲੇ ਵੀ ਨਾ ਰਹਿ ਨਹੀਂ ਸਕਦਾ ਚਾਚਾ, ਆ ਜਿਹੜਾ ਤੂੰ ਇੰਨਾ ਕੁਛ ਦੇਖਿਆ ਨਾ, ਤੇਰੀ ਥੋੜੀ ਬਹੁਤੀ ਸੇਵਾ ਤਾਂ ਬਣਦੀ ਆ। ਨਾ ਸ਼ੇਰਾ, ਆ ਸੇਵਾ ਸੁਭਾ ਦੀ ਕੋਈ ਲੋੜ ਨਹੀਂ, ਤੇ ਮੈਨੂੰ ਜਾਣ ਦੇ, ਆ ਸੇਵਾ ਸੁਭਾ ਕਦੇ ਫੇਰ ਕਰ, ਠੀਕ ਆ? ਉਹ ਬਗਜੀ ਬਗਜੀ ਘਰੇ ਕਿਹੜਾ ਚੂੜ ਵਾਲੀ ਰਾਹ ਦੇਖਦੀ ਆ। ਨਿੱਕੇ ਧਰਮ ਨਾਲ ਮੈਨੂੰ ਜਾਣ ਦੇ, ਮੈਂ ਤੇਰਾ ਕਿੰਨਾ ਕਰਦਾ ਹੁਣ। ਚੱਲ ਚੱਲ, ਉਹ ਨਿੱਕੇ ਮੈਂ ਤੈਨੂੰ ਨਿੱਕੇ ਹੁੰਦੇ ਨੂੰ ਪਾਲਿਆ, ਉਹ ਕੁਝ ਤਾਂ ਤਰਸ ਕਰ, ਹੈਂ? ਆ ਤੇਰਾ ਨਿੱਕਾ ਨਾਂ ਵੀ ਮੈਂ ਰੱਖਿਆ ਸੀ, ਤੇਰੇ ਬਾਪ ਨੂੰ ਕੀ ਅਕਲ ਤੀ, ਹੈਂ? ਉਹ ਤੂੰ ਤੂੰ ਮੇਰੀ ਗੱਲ ਸੁਣ, ਹੈਂ? ਐ ਨਾ ਕਰ, ਹੈਂ? ਤੇ ਮੈਨੂੰ ਘਰੇ ਕਰਦਾ ਤੇਰੀ ਸੇਵਾ, ਉਹ ਮੈਂ ਕਰਦਾ ਤੇਰੀ ਸੇਵਾ, ਮੈਂ ਤੈਨੂੰ ਤੇਰੇ ਸਾਰੇ ਆਲਾਂ ਦੇ ਰਾਦੂ ਮੇਰੇ ਦੀਆਂ ਗੋਲੀਆਂ ਖਵਾਉਂਦਾ। ਚੱਲ ਕਮਾ, ਚੱਲ ਕੇਰਾ, ਤੂੰ ਮੇਰੀ ਕੁਛ ਤਾਂ ਇੱਜ਼ਤ ਕਰ ਕੰਜਰਾ, ਮੈਂ ਤੇਰੇ ਚਾਚੇ ਵਰਗਾ, ਹੈਂ? ਤੂੰ ਗਾਹਾਂ ਤਾਂ ਹੋ ਮੜਾ, ਛੱਡ ਦੇ ਮੈਨੂੰ, ਆ ਦੇਖ ਕੁਝ ਤਾਂ ਰਿਹਾਜ ਕਰ ਨਿੱਕੇ, ਛੱਡ ਦੇ ਲੈ ਇਹਨੂੰ। ਸਾਡਾ ਸੀਨ ਤਾਂ ਕੀ, ਸਾਲੇ ਨੂੰ ਰੋਟੀ ਖਾਈ ਵੀ ਯਾਦ ਨਹੀਂ ਰਹਿਣੀ, ਵੱਡਾ ਆਇਆ ਸਾਲਾ ਦੱਸਣ ਵਾਲਾ। ਕੋਈ ਜਗ੍ਹਾ ਦਾ ਛੱਡ ਦਿੰਦਾ ਲਿਖਿਆ।
ਹੈ ਉਹ ਰਾਤ ਤੱਕ ਦਿਨ ਉਹ ਮਾਰਤੇ ਅੱਜ ਤਾਂ ਉਹ ਲਿਖੇ ਨੇ ਉਹ ਚੰਨੋ ਤੇ ਨਿੱਕੇ ਦਾ ਝਾਕਾ ਮਹਿੰਗਾ ਹੀ ਪੈ ਗਿਆ ਕਿਸੇ ਨੇ ਦੇਖਿਆ ਤਾਂ ਨਹੀਂ ਚਲੋ ਬਚਤ ਰਹਿ ਗਈ ਮੈਨੂੰ ਲੱਗਦਾ ਸੱਚਿਆ ਰੌਲਾ ਤਾਂ ਹੁਣ ਘੱਟ ਗਿਆ ਨਾ ਬਲਵੀਰੋ ਹਾਂ ਭੌਂਕ ਰੋਟੀ ਲਾ ਦੇ ਸਾਨੂੰ ਨਾਲੇ ਉਹ ਚੰਨੋ ਕਿੱਥੇ ਹੈ ਜੀਤੀ ਦੇ ਘਰ ਗਈ ਹੈ ਆ ਜਾਂਦੀ ਹੈ ਹੁਣੀ ਉਹ ਜਦ ਪਤਾ ਤੈਨੂੰ ਬਈ ਪਿੰਡ ਦਾ ਮਾਹੌਲ ਖਰਾਬ ਹੈ ਕੱਲੀ ਨੂੰ ਕਿਉਂ ਭੇਜਿਆ ਨਾਲ ਨਹੀਂ ਜਾ ਸਕਦੀ ਸੀ ਤੂੰ ਤਾਂ ਵੀ ਰੱਖ ਸਕਦਾ ਧਿਆਨ ਸਾਰਾ ਮੇਰੇ ਨਾਲ ਤਾਂ ਨਹੀਂ ਲੱਗਿਆ ਨਾ ਮੈਂ ਪੁੱਛਦੀ ਹਾਂ ਕਰਦਾ ਕੀ ਹੈ ਤੂੰ ਤੜਕੇ ਨਿਕਲ ਜਾਂਦਾ ਹੈ ਮੂੰਹ ਹਨੇਰੇ ਆਥਣੇ ਬੜਦਾ ਘਰੇ ਲੱਭ ਪਰਜਾਈ ਬੰਦੇ ਨੂੰ ਵੀ ਸੌ ਕੰਮ ਆਉਂਦੇ ਆ ਤੂੰ ਤਾਂ ਸਾਰਾ ਦਿਨ ਐਵੇਂ ਚੀ ਚੀ ਕਰੀ ਜਾਂਦੀ ਹੈ ਚੁੱਪ ਕਰ ਓਏ ਆਹੋ ਬੰਦਿਆਂ ਨੂੰ ਤਾਂ ਕੰਮ ਹੈ ਤੀਵੀਆਂ ਤਾਂ ਵੇਲੀਆਂ ਘਰੇ ਚੱਲ ਵਾਲੀ ਪਕਾਈ ਜੀ ਨਾ ਮਾਰ ਰੋਟੀ ਫੇਰ ਲਾ ਦੀ ਚੰਨੋ ਨੂੰ ਦੇਖ ਕੇ ਰਾਂ ਬੰਦਾ ਵਿਆਹ ਵੀ ਨਾ ਕਰਵਾਵੇ ਉਹ ਸੋਚਿਆ ਉਹ ਇੰਨਾ ਵੀ ਨਾ ਸਰਦਾ ਵੀ ਨਹੀਂ ਉਹ ਚੱਲ ਜੋਰੇ ਮਾਰ ਬੀਹੀ ਚ ਨਿਗਾ ਨੁਗਾ ਕੋਈ ਰੌਲਾ ਰੌਲਾ ਤਾਂ ਨਹੀਂ ਪੈ ਰਿਹਾ ਉਹ ਚੱਲ ਆ ਯਾਰ ਆਪਾਂ ਹੁਣੇ ਚੱਲਦੇ ਚੱਲ ਆ ਚੱਲ ਚਾਚਾ ਜੀ ਓਏ ਸੁੱਚਿਆ ਆ ਨੀਚੇ ਆ ਤੇਰੇ ਨਾਲ ਇੱਕ ਗੱਲ ਕਰਨੀ ਹੈ ਆ ਗਿਆ ਚਾਚਾ ਜੀ ਆ ਮੇਰੇ ਕੋਲ ਆ ਮੇਰੀ ਗੱਲ ਸੁਣ ਅੱਜ ਇੱਕ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਨਿੱਕਾ ਕਿੱਥੇ ਹੈ ਤੁਹਾਨੂੰ ਕੀ ਪਤਾ ਚਾਚਾ ਜੀ ਅਸੀਂ ਤਾਂ ਆਪ ਉਸੇ ਨੂੰ ਲੱਭ ਰਹੇ ਹਾਂ ਸਾਨੂੰ ਪਤਾ ਲੱਗਿਆ ਤੂੰ ਤੇ ਜੋਰੇ ਨੇ ਮਿਲ ਕੇ ਉਹਨੂੰ ਚੁੱਕਿਆ ਮੈਨੂੰ ਇਹ ਗੱਲ ਨਸਵਾਰੀ ਨੇ ਦੱਸੀ ਹੈ ਕਿਉਂ ਪਿੰਡ ਵਾਲਿਓ ਹਾਂ ਬਈ ਹਾਂ ਹਾਂ ਉਹ ਤਾਂ ਇੱਕ ਨੰਬਰ ਦਾ ਗਪੌੜੀ ਹੈ ਚਾਚਾ ਨਾ ਸਾਨੂੰ ਨਿੱਕੇ ਦਾ ਕੀ ਪਤਾ ਮੈਥੋਂ ਸਹੁੰ ਚੁਕਾ ਲਓ
ਹਾਲ ਹੈ ਆ ਸੁੱਚੇ ਦਾ ਨੇਮ ਮੈਨੂੰ ਨਾ ਅਸੀਂ ਨਿੱਕੇ ਤੋਂ ਕੀ ਕਰਾਉਣਾ ਨਸਵਾਰੀ ਨੂੰ ਬੁਲਾਓ ਠੀਕ ਹੈ ਸਰਪੰਚ ਸਾਹਿਬ ਖੜਚਾ ਕੈਮ ਤਾਂ ਹੋ ਜਾਣ ਦੇ ਚੱਲ ਕੀ ਅੱਗ ਲੱਗੀ ਆ ਹੌਲੀ ਚੱਲ ਆ ਲਓ ਸਰਪੰਚ ਸਾਹਿਬ ਓਏ ਮੈਂ ਨਸਵਾਰੀ ਨੂੰ ਲਿਆਉਣ ਲਈ ਕਿਹਾ ਕਿਸੇ ਭਿਖਾਰੀ ਨੂੰ ਨਹੀਂ ਇਹੀ ਹੈ ਸਰਪੰਚ ਸਾਹਿਬ ਉਹ ਮੁੰਡੇ ਕਿਹੜਾ ਟੇਸਣ ਆ ਗਿਆ ਬਈ ਮੈਂ ਮੋਦੀ ਦੇ ਦਫ਼ਤਰ ਜਾਣਾ ਨਾਲੇ ਡਰਾਈਵਰ ਨੂੰ ਪਿੱਛੇ ਬਿਠਾ ਦੋ ਜਹਾਜ਼ ਮੈਂ ਚਲਾਊਂਗਾ ਤੂੜੀ ਵਾਲੀ ਟਰਾਲੀ ਚਲਾਵਾਂ ਰੇ ਚਲੋ ਆਪਾਂ ਤਾਂ ਕੀ ਲੈਣਾ ਵਾਹਿਗੁਰੂ 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 ਓਏ ਇਹਨੂੰ ਕੀ ਹੋਇਆ ਸਵੇਰੇ ਤਾਂ ਠੀਕ ਸੀ ਚੰਗਾ ਭਲਾ ਸਾਡਾ ਯਕੀਨ ਕਰੋ ਚਾਚਾ ਜੀ ਨਿੱਕੇ ਦੇ ਮਾਮਲੇ 'ਚ ਸਾਡਾ ਕੋਈ ਹੱਥ ਨਹੀਂ ਠੀਕ ਹੈ ਪੁੱਤਰਾ ਜੇਕਰ ਉਸ ਬਾਰੇ ਕੋਈ ਪਤਾ ਲੱਗਿਆ ਤੁਹਾਨੂੰ ਸਾਨੂੰ ਦੱਸਣਾ ਜ਼ਰੂਰ ਚਲੋ ਵੀ ਚਲੋ ਡੌਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਛੋਟਾ ਡੌਨ ਸਾਰੀ ਦੁਨੀਆ ਮੈਨੂੰ ਛੋਟਾ ਡੌਨ ਕਹਿੰਦੀ ਹੈ 12 ਮੁਲਕਾਂ ਦੀ ਪੁਲਿਸ ਮੇਰੇ ਪਿੱਛੇ ਹੈ ਸਿਰਫ ਮੇਰੇ ਪਿੱਛੇ ਡੌਨ ਸਾਹਿਬ ਛੋਟਾ ਡੌਨ ਬੰਦੇ ਨੂੰ ਛੋਟਾ ਡੌਨ ਆਖਦੇ ਆ ਓਏ 12 ਮੁਲਕਾਂ ਦੀ ਪੁਲਿਸ ਮੈਨੂੰ ਲੱਭ ਰਹੀ ਹੈ ਸਿਰਫ ਮੈਨੂੰ ਉਹ ਫਿਰ ਮੈਂ ਕੀ ਕਰਾਂ ਉਹ ਤੂੰ ਕੁਝ ਨਹੀਂ ਕਰਨਾ ਓਏ ਜੋ ਵੀ ਕਰੂੰਗਾ ਮੈਂ ਕਰੂੰਗਾ ਤੂੰ ਸਿਰਫ ਤਮਾਸ਼ਾ ਦੇਖ ਉਹ ਤੈਨੂੰ ਚਾਹੀਦਾ ਕੀ ਆ ਓਏ ਡੌਨ ਨੂੰ ਉਹ ਚਾਹੀਦਾ ਉਹ ਮੈਂ ਆਪੇ ਹਾਸਲ ਕਰ ਲੂੰ ਤੂੰ ਮੈਨੂੰ ਬਾਲੀਆਂ ਮਤਾਂ ਦੇ ਉਹ ਤੁਸੀਂ ਹੋ ਕੌਣ ਯਾਰ ਉਹ ਛੱਡੋ ਮੈਨੂੰ
ਡੌਨ ਦਾ ਫੜਿਆ ਬੰਦਾ ਤੇ ਗੰਗਾ ਚ ਗਈਆਂ ਹੱਡੀਆਂ ਕਦੇ ਵਾਪਿਸ ਨਹੀਂ ਮੁੜਦੀਆਂ। ਓਏ ਓਏ ਛੱਡ ਮੈਨੂੰ, ਤੂੰ ਇਹਨੂੰ ਗੱਡੀ ਚ। ਮੇਰੀ ਤਾਂ ਦੂਰ ਦੀ ਨਿਗਾਹ ਬੜੀ ਘੱਟ। ਲੱਗਦਾ ਤਾਂ ਨਿੱਕਾ ਗਾ। ਚੱਲ ਆਪਾਂ ਤਾਂ ਕੀ ਲੈਣਾ, ਚੱਲ। ਮੈਨੂੰ ਤਾਂ ਵਹਿਮ ਲੱਗਦਾ। ਚੱਲੀਏ ਦਾਦਾ। ਆਪਾਂ ਕੀ ਲੈਣਾ ਪੁੱਤ ਇਹਨਾਂ ਪੁੱਠੇ ਕੰਮਾਂ ਤੋਂ। ਠੀਕ ਆ ਨਾ, ਨਾਲੇ ਕਦੇ ਉਹਦੀ ਚੁਗਲੀ ਕਰ, ਕਦੇ ਉਹਦੀ ਚੁਗਲੀ ਕਰ, ਕੋਈ ਫਾਇਦਾ ਨਹੀਂ ਇਹਨਾਂ ਕੰਮਾਂ ਦੇ ਵਿੱਚ। ਬੰਦੇ ਨੂੰ ਰੱਬ ਦਾ ਸਿਮਰਨ ਕਰਨਾ ਚਾਹੀਦਾ। ਠੀਕ ਆ, ਹੁਣ ਆਪਾਂ ਚੱਲਦੇ ਹਾਂ। ਪ੍ਰਭਾਤ ਫੇਰੀ ਆਈ ਆ, ਨਾਨਕ ਨਾਮ ਤੇ ਆਲੋ ਜੀ, ਪ੍ਰਭਾਤ ਫੇਰੀ ਆਈ ਆ। ਮੇਰਾ ਤਾਂ 25 ਸਾਲ ਪਿਆ ਮਰ ਗਿਆ। ਨਾਮ ਤੇ ਆਲੋ ਜੀ, ਪ੍ਰਭਾਤ ਫੇਰੀ ਆਈ ਆ। ਇਹ ਕਹਾਣੀ ਹੈ ਇੱਕ ਪਿੰਡ ਦੇ ਉਸ ਨੌਜਵਾਨ ਦੀ ਜਿਹੜਾ ਆਪਣੇ ਪਰਿਵਾਰ ਨੂੰ ਬਹੁਤ ਹੀ ਪਿਆਰ ਕਰਦਾ ਸੀ। ਪਿਤਾ ਦੇ ਦੁਨੀਆਂ ਤੋਂ ਚਲੇ ਜਾਣ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਉਸ ਨੇ ਆਪਣੇ ਮੋਢਿਆਂ 'ਤੇ ਚੁੱਕ ਲਿਆ। ਮੁੱਕਦੀ ਗੱਲ, ਪੂਰਾ ਹੋਣਹਾਰ ਸਪੁੱਤਰ ਸੀ ਉਹ। ਰੱਬ ਦੀ ਮਿਹਰ ਨਾਲ ਜ਼ਿੰਦਗੀ ਦੀ ਗੱਡੀ ਆਪਣੀ ਮਸਤ ਚਾਲ ਚੱਲ ਰਹੀ ਸੀ ਅਤੇ ਇੱਕ ਦਿਨ ਉਸ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ। ਆਓਏ, ਕੀ ਚਾਹੀਦਾ ਤੁਹਾਨੂੰ? ਇਹ ਮੇਰੀ ਭੈਣ ਹੈ, ਜਿਹਦੇ ਕੰਨੀ ਮਾੜੀ ਨਿਗਾਹ ਨਾਲ ਝਾਕੇ ਨਾ ਅੱਖਾਂ ਕੱਢ ਲੂ ਸਾਲਿਆਂ ਦੀਆਂ। ਚੱਲ ਛੱਡ ਵੀਰੇ, ਇਹੋ ਜਿਹੇ ਮੂੰਹ ਨਹੀਂ ਲੱਗੀਦਾ, ਛੱਡ ਨਾ। ਇਹਨਾਂ ਦੀ ਹਿੰਮਤ ਕਿਵੇਂ ਹੋਈ ਤੇਰੇ ਵੱਲ ਅੱਖ ਚੱਕ ਕੇ ਦੇਖਣ ਦੀ? ਚੱਲ ਛੱਡ ਵੀਰ, ਇਹਨਾਂ ਨੂੰ ਅਕਲ ਆ ਗਈ, ਆਪਾਂ ਘਰ ਚੱਲੀਏ। ਚੱਲ ਆ ਜਾ ਵੀਰੇ। ਆ ਗਈ ਮੇਰੀ ਧੀ ਨਾ, ਹੋਸਟਲ 'ਚ ਜਾ ਕੇ ਤੂੰ ਆਪਣੀ ਮਾਂ ਨੂੰ ਭੁੱਲ ਜਾਂਦੀ ਹੈ। ਨਹੀਂ ਮੰਮੀ, ਮੇਰਾ ਕਿਹੜਾ ਤੇਰੇ ਬਿਨਾਂ ਦਿਲ ਲੱਗਦਾ। ਇੱਕ ਤਾਂ ਨਾ ਛੁੱਟੀ ਵੀ ਮਸਾ ਹੀ ਮਿਲਦੀ ਹੈ। ਕੋਈ ਨਾ, ਹੁਣ ਮੈਂ 1 ਮਹੀਨਾ ਪੂਰਾ ਹੀ ਲਗਾ ਕੇ ਜਾਊਂਗੀ। ਚੱਲ ਹੁਣ ਸਫ਼ਰ 'ਚ ਥੱਕੀ ਟੁੱਟੀ ਆਈ ਹੈ, ਚੱਲ ਕੇ ਪਾਣੀ ਧਾਣੀ ਪੀ, ਆਰਾਮ ਕਰ। ਠੀਕ ਹੈ। ਚੰਗਾ ਮਾਂ, ਮੈਂ ਗੋਪੀ ਨਾਲ ਕੰਮ ਜਾ ਕੇ ਆਉਣਾ, ਸ਼ਾਮ ਨੂੰ ਲੇਟ ਆਊਂਗਾ। ਫਿਰ ਤੈਨੂੰ ਕਿੰਨੇ ਵਾਰ ਕਿਹਾ, ਤੂੰ ਉਸ ਜੈਖਾਣੇ ਨਾਲ ਨਾ ਫਿਰਿਆ ਕਰ, ਉਹਨੂੰ ਤਾਂ 100 ਐਬ ਲੱਗੇ ਹੈ, ਉਹ ਤੈਨੂੰ ਵੀ ਲਾ ਦੂਗਾ। ਉਹ ਮਾਂ, ਬੰਦਾ ਆਪ ਸਹੀ ਹੋਣਾ ਚਾਹੀਦਾ, ਕਿਤੇ ਨੀ ਕੋਈ ਨਸ਼ੇ ਤੇ ਲਾਉਂਦਾ। ਆ ਧੀਏ, ਉਹ ਹੋਰ ਬਈ ਗੋਪੀ ਸੁਣਾ, ਕੀ ਹਾਲ ਚਾਲ ਨੇ? ਬਸ ਠੀਕ ਆ ਕਰਮਿਆ, ਤੂੰ ਸੁਣਾ? ਬਸ ਵਧੀਆ। ਹੁਣ ਜਾਣਾ ਕਿੱਥੇ ਆਪਾਂ ਨੇ, ਮੈਨੂੰ ਤਾਂ ਤੂੰ ਦੱਸਿਆ ਵੀ ਨੀ ਹੈਗਾ। ਯਾਰ ਤੈਨੂੰ ਵੀ ਪਤਾ, ਆਪਾਂ ਕਦੇ ਕਦੇ ਚਿੱਟਾ ਲਾ ਲਈਦਾ, ਆ ਤੀਜੀ ਬਾਈ ਕੋਲੇ ਲੈਣ ਜਾਣਾ ਸੀ। ਓ ਯਾ ਯਾਰ, ਤੇਰਾ ਵੀ ਨਾ ਸਰੇ ਹੀ ਪਿਆ ਹੈਗਾ।
ਕਿੱਥੇ ਕ ਜਾਣਾ ਕਿੱਥੇ ਕ ਆਪਾਂ ਹੁਣ ਓਏ ਆ ਉਹਦੇ ਸਾਹਮਣੇ ਮੋਟਰ ਅੱਛਾ ਉਹ ਮੋਟਰ ਤੇ ਹਾਂ ਹਾਂ ਉਹੀ ਉਹੀ ਠੀਕ ਹੈ ਚੱਲ ਚੱਲ ਓਏ ਆ ਜਾ ਲੰਘਿਆ ਆਪਣਾ ਹੀ ਬਾਈ ਆ ਉਹ ਕੀ ਹਾਲ ਆ ਗੋਪੀ ਆ ਨਵਾਂ ਚੋਬਰ ਕਿਹੜਾ ਚੱਕੀ ਆਉਣਾ ਹੋਇਆ ਉਹ ਬਾਈ ਇਹ ਮੇਰੇ ਜੁੰਡੀ ਦਾ ਯਾਰ ਆ ਕਰਮਾ ਮੇਰੇ ਨਾਲ ਹੀ ਰਹਿੰਦਾ ਬਾਈ ਆਪਣੇ ਪਿੰਡ ਦਾ ਹੀ ਆ ਤੇਰੇ ਕੋਲ ਪਹਿਲੀ ਵਾਰ ਆਇਆ ਉਹ ਕੋਈ ਗੱਲ ਨੀ ਜੇ ਪਹਿਲੀ ਵਾਰੀ ਆਇਆ ਹੁਣ ਤਾਂ ਤੇਜ਼ੀ ਨਾਲ ਵਾਹ ਪੈ ਗਿਆ ਹੁਣ ਤਾਂ ਵਾਰੀ ਵਾਰੀ ਆਊ ਆ ਚੱਕ ਤੇਰਾ 2 ਗ੍ਰਾਮ ਤੇ ਤੂੰ ਕਿੰਨਾ ਲੈਣਾ ਚੋਬਰਾ ਉਹ ਨਾ ਨਾ ਬਾਈ ਆਪਾਂ ਨੀ ਇਹ ਲਾਉਂਦੇ ਮੈਂ ਤਾਂ ਇਹਨੂੰ ਕਈ ਵਾਰ ਕਿਹਾ ਇੱਕ ਵਾਰੀ ਲਾ ਕੇ ਦਾ ਵੇਖ ਸਾਲਾ ਸਰੂਰ ਹੀ ਬਹੁਤ ਦਿੰਦਾ ਉਹ ਨਾ ਨਾ ਬਾਈ ਨਾਲੇ ਤੇਜ਼ੀ ਬਾਈ ਮੇਰੇ ਕੋਲ ਤਾਂ ਪੈਸੇ ਵੀ ਹੈ ਨੀ ਲੈ ਕਰਤੀ ਨਾ ਜਵਾਕਾਂ ਵਾਲੀ ਗੱਲ ਉਹ ਤੈਥੋਂ ਪੈਸੇ ਮੰਗੇ ਵੀ ਕਿਹੜੇ ਭੜੂਏ ਨੇ ਆ ਚੱਕ ਤੇ ਤੂੰ ਵੀ ਲੈ ਅਨੰਤ ਪਰ ਬਈ ਆਹ ਬਿਨਾਂ ਪੈਸਿਆਂ ਤੋਂ ਹੀ ਹੋ ਗੋਪੀ ਹੋ ਦੱਸ ਯਾਰੇ ਨੂੰ ਤੇਜ਼ੀ ਪੈਸੇ ਨਾਲ ਨੀ ਯਾਰਾਂ ਨਾਲ ਵਰਤਦਾ ਪੈਸੇ ਦਾ ਕੀ ਆ ਆਉਂਦਾ ਜਾਂਦਾ ਹੀ ਰਹਿੰਦਾ ਤੂੰ ਲਾ 2 ਲਾਈਨਾਂ ਤੇ ਹੋ ਸਰੂਰ ਚ ਚੰਗਾ ਬਾਈ ਠੀਕ ਆ ਚੱਲਦੇ ਆ ਉਹ ਚੰਗਾ ਬਈ ਚੋਬਰੋ ਲੁੱਟੋ ਨਜ਼ਾਰੇ ਉਹ ਐਸ਼ਾਂ ਕਰੋ ਐਸ਼ਾਂ ਬਈ ਕਰਮਿਆ ਆਉਂਦਾ ਆਨੰਦਕ ਨਹੀਂ ਉਹ ਗੋਪੀ ਬਾਈ ਆਨੰਦ ਦੀ ਕੀ ਗੱਲ ਕਰਦਾ ਬਾਈ ਧਰਮ ਨਾਲ ਸਿਰੇ ਹੀ ਲੱਗ ਗਿਆ ਇੱਕ ਹੋਰ ਲਵਾ ਦੇ ਬਾਈ ਰੱਜੀ ਨਜ਼ਾਰਾ ਲਿਆਤਾ ਸੀਨਾ ਚੀਰਦੀ ਹੋ ਜਾਂਦੀ ਆ ਮੈਂ ਤਾਂ ਹੁਣ ਤੱਕ ਐਵੀਂ ਹਨੇਰੇ ਜੀ ਫਿਰੀ ਗਿਆ ਸੀ ਮੈਂ ਤਾਂ ਤੈਨੂੰ ਪਤੰਦਰ ਆ ਪਹਿਲਾਂ ਹੀ ਕਈ ਵਾਰ ਕਿਹਾ ਤੂੰ ਨੀ ਮੇਰੀ ਮੰਨੀ ਇੱਕ ਹੋਰ ਲਵਾ ਦੇ ਫਿਰ ਚੱਲਦੇ ਆਪਾਂ ਨੀ ਕੁੜੀਏ ਆ ਪੈਸੇ ਪਏ ਐ ਚੱਕੀ ਆਪਣੇ ਪਰਸ ਚ ਪਾ ਲਈ ਹੋਸਟਲ ਚ ਲੋੜ ਪੈਂਦੀ ਰਹਿੰਦੀ ਐ ਕੋਈ ਗੱਲ ਨੀ ਮੰਮੀ ਮੈਂ ਕੰਮ ਨਿਬੇੜ ਕੇ ਚੱਕ ਲੈਨੀ ਆ ਕਦੇ ਇੱਕ ਦਿਨ ਬੂਟਾ ਲਾ ਕੇ ਦੂਜੇ ਦਿਨ ਹੀ ਉਹ ਤੋਂ ਫਲ ਖਾਦਾ ਹੋਏ ਲੈ ਬਾਈ ਇਹੋ ਜਿਹੀਆਂ ਗੱਲਾਂ ਕਰਦਾ ਇਹ ਕਿਵੇਂ ਹੋ ਸਕਦਾ ਹੁੰਦਾ ਏ ਕਾਲਿਆ ਹੁੰਦਾ ਏ ਤੇਜ਼ੀ ਜਿਹੜੇ ਬੂਟੇ ਲਾਉਂਦਾ ਏ ਨਾ
ਉਹ ਦੂਜੇ ਦਿਨ ਹੀ ਫਲ ਦੇਣ ਲੱਗ ਜਾਂਦੇ ਆ। ਉਹ ਵੇਖ ਆਉਂਦਾ ਦੁਸਹਿਰੀ ਅੰਬ। ਉਹ ਬਈ ਉਹ ਚੁੱਪ ਚੋਬਰਾ ਚੁੱਪ, ਬੋਲਣ ਦੀ ਕੀ ਲੋੜ ਆ? ਤੀਜੀ ਕੋਲੇ ਜਿਹੜਾ ਵੀ ਆਉਂਦਾ ਚਿੱਟਾ ਲੈਣ ਹੀ ਆਉਂਦਾ। ਹੋਰ ਆਪਾਂ ਕਿਹੜਾ ਇੱਥੇ ਪੰਸਾਰੀ ਦੀ ਹੱਟੀ ਪਾਈ ਆ? ਤੂੰ ਮੇਰੀ ਮੁੱਠੀ ਗਰਮ ਕਰਾ ਤੇ ਆਪਾਂ ਤੈਨੂੰ ਸੂਈ ਚੁਕਾ ਦਿੰਨੇ ਆ। ਲੈ ਬਈ ਪੂਰਾ ਇੱਕ ਗ੍ਰਾਮ ਆ। ਲੈ ਬਈ ਕਰਮਿਆ, ਜਾ ਕੇ ਖੋਲ ਆਪਦੇ ਕਰਮ ਜਾ। ਉਹ ਗੱਲ ਸੁਣ, ਮਾੜਾ ਜਾ ਧਿਆਨ ਨਾਲ ਜਾਈ। ਅੱਜ ਕੱਲ ਪੁਲਿਸ ਵੇਚਣ ਵਾਲਿਆਂ ਨੂੰ ਨੀ ਖਾਣ ਵਾਲਿਆਂ ਨੂੰ ਫੜਦੀ ਆ। ਜਿਹੜਾ ਇਸ ਪਿੰਡ ਦੇ ਕਈ ਮੁੰਡਿਆਂ ਨੂੰ ਨਿਕਲ ਗਿਆ, ਚਿੱਟਾ ਵੇਚਦਾ ਉਹ ਕਲੈਣਾ। ਕੀ ਵੀਰੇ, ਤੂੰ ਚਿੱਟੇ ਦਾ ਨਸ਼ਾ ਕੀਤਾ? ਮੇਰੇ ਸੋਨੇ ਵਰਗੇ ਪੁੱਤ ਨੂੰ ਨਸ਼ੇ ਤੇ ਲਾਤਾ ਉਸ ਪਾਪੀ ਨੇ। ਸਿਮੀ, ਤੂੰ ਇਹਨੂੰ ਅੰਦਰ ਲੈ ਕੇ ਚੱਲ, ਮੈਂ ਦੇਖਦੀ ਹਾਂ ਉਹਨੂੰ। ਹਾਂ ਵੀਰੇ, ਚੱਲ ਤੂੰ ਅੰਦਰ। ਹਾਂ ਚੱਲ, ਧਿਆਨ ਨਾਲ। ਓ ਬੁੜੀਏ, ਕਾਹਨੂੰ ਜੀਪ ਥੱਲੇ ਆ ਕੇ ਖੁਦਕੁਸ਼ੀ ਕਰਨ ਲੱਗੀ ਆ? ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ? ਵੇ, ਤੇਰੇ ਵਰਗਿਆਂ ਨੇ ਤਾਂ ਪਿੰਡ ਨੂੰ ਨਰਕ ਬਣਾਤਾ, ਸਾਰੇ ਮੁੰਡਿਆਂ ਨੂੰ ਚਿੱਟੇ ਤੇ ਲਾਤਾ। ਵੇ, ਤੂੰ ਤਾਂ ਮੇਰੇ ਕਰਮੇ ਨੂੰ ਨਹੀਂ ਬਖਸ਼ਿਆ। ਓ ਬੁੜੀਏ, ਮੁੰਡਿਆਂ ਖੁੰਡਿਆਂ ਦੀ ਉਮਰ ਹੀ ਇਹੋ ਜਿਹੀ ਹੁੰਦੀ ਆ, ਕਰਨ ਦੇ ਐਸ਼ਾਂ। ਨਾਲੇ ਤੂੰ ਵੀ ਆ ਕਾਹਨੂੰ ਉੱਚੀ ਬੋਲ ਬੋਲ ਕੇ ਆਪਦਾ ਖੂਨ ਸਾੜਨ ਲੱਗੀ ਆ? ਪਿੰਡ ਵਿੱਚ ਬਹੁਤਾ ਨਹੀਂ ਕਿਸੇ ਨਾ ਵਿਗਾੜੀ ਦੀ, ਕਿਸੇ ਤੱਕ ਕਦੋਂ ਲੋੜ ਪੈ ਜਾਵੇ ਕਿਹੜਾ ਕੁਝ ਪਤਾ ਲੱਗਦਾ? ਐਵੇਂ ਨਾ ਬੋਲਿਆ ਕਰ ਤੂੰ। ਵੇ, ਮੈਂ ਤਾਂ ਐਂ ਬੋਲੂੰਗੀ। ਅੱਜ ਮੈਂ ਸਾਰੇ ਪਿੰਡ 'ਚ ਜਾ ਕੇ ਦੱਸੂਗੀ ਵੀ ਤੂੰ ਚਿੱਟੇ ਦਾ ਧੰਦਾ ਕਰਦਾ ਹੈ। ਮੈਂ ਤਾਂ ਥਾਣੇ ਵੀ ਜਾਊਂਗੀ। ਅੱਛਾ, ਤਾਂ ਤੂੰ ਸਾਰੇ ਪਿੰਡ ਨੂੰ ਦੱਸੇਗੀ? ਤੇਰੇ ਭਾ ਦਾ ਇਹ ਪਿੰਡ ਨੂੰ ਕਿਤੇ ਪਤਾ ਹੀ ਨਹੀਂ ਹੈ। ਓਰੇ ਆ ਛੋਡੂ, ਉਰਿਆ। ਭਲਾ ਮੈਂ ਕੀ ਕੰਮ ਕਰਦਾ ਓਏ? ਤੂੰ ਤਾਂ ਚਿੱਟਾ ਵੇਚਦਾ। ਕਿਉਂ ਬੁੜੀਏ, ਜਿਹੜੇ ਪਿੰਡ ਨੂੰ ਤੂੰ ਦੱਸਣ ਦੀ ਗੱਲ ਕਰਦੀ ਆ ਉਹਦੇ ਤਾਂ ਬੱਚੇ ਬੱਚੇ ਨੂੰ ਪਤਾ ਵੀ ਤੇਜੀ ਚਿੱਟਾ ਵੇਚਦਾ। ਬਾਕੀ ਰਹੀ ਥਾਣੇ ਦੀ ਗੱਲ, ਉੱਥੇ ਤੇਰੀ ਕਿਸੇ ਨੇ ਨਹੀਂ ਸੁਣਨੀ। ਕਿਵੇਂ ਬਲੱਡ ਵਧਾਇਆ? ਜਾ ਤੁਰ ਜਾ ਘਰੇ, ਜਾ ਕੇ ਪਾਣੀ ਧਾਣੀ ਪੀ ਤੇ ਰਾਮ ਕਰ ਰਾਮ। ਜਾ ਭਾ ਜਾ, ਚਲੋ ਏ। Thank you.
ਤਿਆ ਰੱਖੀ ਹੈ ਜਿਤ ਦਿਸ਼ਾ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਕੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਖਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਪਾਣੇ ਕੇ ਨਾਏ ਕਰੀ ਜੇ ਤੇ ਸਿਰਫ ਉਪਾਈ ਵੇਖਾ ਵਿਨ ਬਾਈ ਆ ਨਵਾਂ ਮਾਲ ਆਇਆ ਥੋੜਾ ਜਿਹਾ ਮੈਂ ਵੀ ਲਾ ਕੇ ਵੇਖ ਲਵਾਂ ਨਾ ਉਹ ਚੋਬਰਾ ਨਾ ਇਹੋ ਜੀ ਗੱਲ ਦੁਬਾਰਾ ਜ਼ੁਬਾਨ ਤੇ ਬਣਾ ਲੈ ਕੇ ਆਈ ਪਰ ਕਿਉਂ ਬਾਈ ਜ਼ਹਿਰ ਹਮੇਸ਼ਾ ਬਗਾਨਿਆਂ ਨੂੰ ਦਿੱਤਾ ਜਾਂਦਾ ਆਪਣਿਆਂ ਨੂੰ ਨਹੀਂ ਆਪਣਾ ਤਾਂ ਸਿਰਫ ਇੱਕੋ ਕੰਮ ਆ ਪੈਸਾ ਕਮਾਉਣਾ ਤੇ ਚਾਹੇ ਪੈਸੇ ਲਈ ਆਪਾਂ ਨੂੰ ਹਜ਼ਾਰਾਂ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਤੱਕਣੇ ਪੈਣ ਬਾਈ ਕਰਮਾ ਓਏ ਆ ਓਏ ਕਰਮਾ ਵਾਲਿਆ ਅੱਜ ਸਵੇਰੇ ਸਵੇਰੇ ਹੀ ਹਾਂ ਬਾਈ ਮੈਂ ਜਾਣਾ ਸੀ ਕਿਤੇ ਮੈਂ ਸੋਚਿਆ ਪਹਿਲਾਂ ਤੇਰੇ ਕੋਲੇ ਜਾਇਆ ਵਾਂ ਹੋ ਤੂੰ ਤਾਂ ਆਪਣਾ ਬੰਦਾ ਏ ਜਦੋਂ ਮਰਜ਼ੀ ਆ ਬੋਲ ਫਿਰ ਕਿੰਨਾ ਚਾਹੀਦਾ ਬਸ ਬਾਈ ਲਾਉਣ ਜੋਗੇ ਦੇ ਦੇ ਪਰ ਪੈਸੇ ਹੈ ਨਹੀਂ ਅੱਜ ਮੇਰੇ ਕੋਲ ਪਤੰਦਰਾ ਲਾਉਣ ਜੋਗਾ ਹੀ 1500 ਦਾ ਆਉਂਦਾ ਆਏ ਕਿਵੇਂ ਦੇ ਦਵਾਂ ਬਾਈ ਉਧਾਰ ਕਰ ਲੈ ਮੈਂ ਫੇਰ ਦੇ ਦੂੰ ਪੈਸੇ ਉਧਾਰ ਕਰ ਲੈ ਉਧਾਰ ਤਾਂ ਕੋਈ ਅੱਜ ਕੱਲ ਆਟਾ ਨਹੀਂ ਦਿੰਦਾ ਤੇ ਚਿੱਟਾ ਭਾਲਦਾ ਪਰ ਬਾਈ ਉਸ ਦਿਨ ਤਾਂ ਦੇਤਾ ਸੀਗਾ ਲਾਉਣ ਜੋਗਾ ਉਸ ਦਿਨ ਦੀ ਗੱਲ ਹੋਰ ਸੀ ਤੇ ਅੱਜ ਦੀ ਗੱਲ ਹੋਰ ਹੈ ਚੋਬਰਾ ਉਸ ਦਿਨ ਤਾਂ ਅਸੀਂ ਤੈਨੂੰ ਚਾੜ ਤੇ ਲਾਉਣਾ ਸੀ ਸਾਡਾ ਤਾਂ ਬਸ ਇੱਕੋ ਟਾਰਗੇਟ ਹੈ ਤੇਰੇ ਵਰਗਿਆਂ ਨੂੰ ਨਿਸ਼ੇੜੀ ਬਣਾ ਕੇ ਉਹਨਾਂ ਦੀਆਂ ਜ਼ਮੀਨਾਂ ਤੇ ਗੂਠੇ ਲਵਾਉਣੇ ਗੂਠੇ ਬਾਈ ਬਾਈ ਮਿੰਨਤ ਵਾਲੀ ਗੱਲ ਆ ਥੋੜਾ ਜਿਹਾ ਦੇ ਦੇ ਮੈਂ ਆਪਣੀ ਭੈਣ ਨੂੰ ਹੋਸਟਲ ਛੱਡਣ ਜਾਣਾ ਸ਼ਹਿਰ ਕੀ ਕਿਹਾ ਭੈਣ ਨੂੰ ਛੱਡਣ ਜਾਣਾ ਸ਼ਹਿਰ ਜਾਣਾ ਤਾਂ ਸ਼ਹਿਰ ਮੈਂ ਵੀ ਸੀ ਚੱਲ ਆਪਾਂ ਇੱਕ ਸਮਝੌਤਾ ਕਰਦੇ ਹਾਂ ਕਿੱਥੇ ਆ ਸਕੂਟਰ ਤੇ ਧੱਕੇ ਖਾਂਦਾ ਜਾਏਗਾ ਸ਼ਹਿਰ ਨੂੰ ਤੂੰ ਮੈਥੋਂ ਸਮਾਨ ਲੈ ਤੇ ਐਸ਼ ਕਰ ਤੇ ਆਪਦੀ ਭੈਣ ਨੂੰ ਮੇਰੇ ਨਾਲ ਸਮਝ ਗਿਆ ਨਹੀਂ ਨਹੀਂ ਬਾਈ ਮੇਰੀ ਭੈਣ ਮੈਨੂੰ ਬਹੁਤ ਪਿਆਰੀ ਆ ਮੈਂ ਉਹ ਸਾਨੂੰ ਕਿਹੜਾ ਘੱਟ ਪਿਆਰੀ ਆ ਨਾਲੇ ਜਾਨ ਨਾਲੋਂ ਅਸੂਲ ਚੰਗੇ ਨਹੀਂ ਹੁੰਦੇ ਜੇ ਤੈਨੂੰ 2-3 ਘੰਟੇ ਹੋਰ ਸਮਾਨ ਨਾ ਮਿਲਿਆ ਤਾਂ ਤੂੰ ਤਾਂ ਉਈ ਰੱਬ ਨੂੰ ਪਿਆਰਾ ਹੋ ਜਾਣਾ ਸੋਚ ਲੈ ਸੌਦਾ ਘਾਟੇ ਵਾਲਾ ਨਹੀਂ ਨਹੀਂ ਬਈ ਓਹੋ ਮੈਂ ਕਿਹੜਾ ਉਹਨੂੰ ਕੁਝ ਕਹਿਣਾ ਜਾਨ ਨਾਲੋਂ ਅਸੂਲ ਚੰਗੇ ਨਹੀਂ ਹੁੰਦੇ ਜੇ ਤੈਨੂੰ 2-3 ਘੰਟੇ ਹੋਰ ਸਮਾਨ ਨਾ ਮਿਲਿਆ ਤਾਂ ਤੂੰ ਤਾਂ ਉਈ ਰੱਬ ਨੂੰ ਪਿਆਰਾ ਹੋ ਜਾਣਾ ਸੋਚ ਲੈ ਸੌਦਾ ਘਾਟੇ ਵਾਲਾ ਨਹੀਂ
ਇਹਨੇ ਵੀ ਇਸੇ ਵੇਲੇ ਖਰਾਬ ਹੋਣਾ ਸੀ। ਵੀਰੇ ਹੁਣ ਕੀ ਕਰਾਂਗੇ, ਮੈਂ ਤਾਂ ਲੇਟ ਹੋ ਜਾਣਾ, ਅੱਜ ਤਾਂ ਮੇਰਾ ਐਗਜ਼ਾਮ ਵੀ ਆ। ਕੋਈ ਨਾ ਭੈਣੇ, ਮੈਂ ਕਰਦਾ ਕੋਈ ਹੱਲ। ਉਹ ਕੀ ਹੋ ਗਿਆ ਕਰਮਿਆ ਤੇਰੇ ਸਕੂਟਰ ਨੂੰ? ਪਤਾ ਨਹੀਂ ਬਾਈ, ਖਰਾਬ ਜਿਹਾ ਹੋ ਗਿਆ। ਬਾਈ ਜੇ ਤੂੰ ਸ਼ਹਿਰ ਚੱਲਿਆ ਮੇਰੀ ਭੈਣ ਨੂੰ ਕਾਲਜ ਤੱਕ ਛੱਡ ਦੀ। ਕਿਹੜੀ ਗੱਲ ਹੈ ਛੱਡਣ ਦੀ, ਆਪਾਂ ਛੱਡ ਦਵਾਂਗੇ ਯਾਰ। ਲੈ ਭੈਣੇ ਬਣ ਗਈ ਗੱਲ, ਬਾਈ ਤੈਨੂੰ ਸ਼ਹਿਰ ਛੱਡ ਦੂਗਾ। ਠੀਕ ਹੈ ਵੀਰੇ। ਪਿੱਛੇ ਹੋਏ ਕਾਲਿਆ। ਠੀਕ ਹੈ ਬਾਈ, ਕਾਲਜ ਤੱਕ ਛੱਡ ਦੀ ਮੇਰੀ ਭੈਣ ਨੂੰ। ਠੀਕ ਹੈ, ਥੈਂਕ ਯੂ ਬਾਈ। ਉਹ ਘਬਰਾਉਣੇ ਕਿਉਂ ਆ ਤੁਸੀਂ, ਕਰਮਾ ਸਾਡਾ ਪੱਕਾ ਗਾਹਕ ਆ, ਨਾਲੇ ਹੁਣ ਤਾਂ ਤੁਹਾਡੇ ਨਾਲ ਵੀ ਜਾਣ ਪਛਾਣ ਹੋ ਗਈ। ਬਾਈ ਤੇਜੀ ਸਾਹਮਣੇ ਦੇਖ, ਇਹ ਸਾਲਾ ਕਿਵੇਂ ਵਿਚਾਲੇ ਰੁਕੀ ਖੜਾ। ਚੱਲ ਬਾਈ ਚੱਲ ਕੇ ਦੇਖੀਏ। ਤੇਜੀ, ਇਹ ਤਾਂ ਉਹ ਤੇਜੀ ਆ ਜਿਹੜਾ ਨਸ਼ੇ ਵੇਚਦਾ, ਤੇ ਕਰਮੇ ਵੀਰੇ ਨੇ ਮੈਨੂੰ ਇਹੋ ਜਿਹੇ ਇਨਸਾਨ ਦੇ ਨਾਲ ਭੇਜਤਾ। ਨਹੀਂ ਨਹੀਂ, ਮੈਨੂੰ ਇਹੋ ਜਿਹੇ ਇਨਸਾਨ ਦੇ ਨਾਲ ਨਹੀਂ ਜਾਣਾ ਚਾਹੀਦਾ। ਨਹੀਂ ਨਹੀਂ, ਮੈਂ ਨਹੀਂ ਜਾਊਂਗੀ, ਮੈਂ ਨਹੀਂ ਜਾਊਂਗੀ, ਨਹੀਂ। ਤੁਹਾਡੇ ਪਿਓ ਦੀ ਜਾਮ ਲਾ ਰੱਖਿਆ, ਪਾਸ ਕਰੋ ਕਰੋ ਪਿੱਛੇ। ਭਾਈ ਆਓ। ਸਾਲੀ ਕਿੱਧਰ ਗਈ, ਲੱਗਦਾ ਮੱਛੀ ਨਿਕਲ ਗਈ ਜਾਲ ਚੋਂ। ਇਹਨਾਂ ਸਾਲਿਆਂ ਨੇ ਵਿੱਚ ਆ ਕੇ ਕੰਮ ਖਰਾਬ ਕਰਤਾ, ਨਹੀਂ ਤਾਂ ਇਹ ਸਰਕਾਰ ਦੀ ਅੱਜ ਮੋਟਰ ਤੇ ਕਲਾਸ ਲਵਾਉਣੀ ਸੀ। ਭਾਈ ਆਪਾਂ ਨੂੰ ਕਰਮੇ ਨੂੰ ਮੁਫ਼ਤ ਸਮਾਨ ਦਿੱਤੇ ਦਾ ਕੋਈ ਫਾਇਦਾ ਨਹੀਂ ਹੋਇਆ। ਉਹ ਕੋਈ ਗੱਲ ਨਹੀਂ ਕਾਲਿਆ, ਇਹ ਕਿਹੜਾ ਕੁੰਭ ਦਾ ਮੇਲਾ ਵੀ ਜਿਹੜਾ ਬਾਹਰੀ ਸਾਲੀ ਆਊਗਾ। ਕਰਮੇ ਨੂੰ ਚਿੱਟੇ ਦੀ ਲੋੜ ਤਾਂ ਪੈਂਦੀ ਰਹਿਣੀ ਆ, ਤੇ ਆਪਾਂ ਨੂੰ ਉਹਦੀ ਭੈਣ ਦੀ ਐਤਕੀ ਨਹੀਂ ਤਾਂ ਅਗਲੀ ਵਾਰੀ ਸਹੀ। ਹਾਏ ਓਏ, ਹਾਏ ਹਾਏ ਓਏ, ਰੱਬਾ ਮਰ ਗਿਆ। ਹਾਏ ਹਾਏ, ਮੈਂ ਮਰ ਗਿਆ। ਹਾਏ ਓਏ ਰੱਬਾ, ਹਾਏ ਮੈਂ ਮਰ ਗਿਆ। ਮਾਂ ਮਾਂ ਮੈਨੂੰ ਬਚਾ ਲੈ। ਹੁਣ ਕਿਉਂ ਤੜਫੀ ਜਾਂਦਾ ਹੈ ਤੂੰ? ਹਾਏ ਮੈਂ ਮਰ ਗਿਆ ਮਾਂ, ਹਾਏ ਮੈਂ ਮਰ ਗਿਆ ਮਾਂ, ਮੈਨੂੰ ਬਚਾ ਲੈ ਮਾਂ, ਹਾਏ ਮੈਂ ਮਰ ਗਿਆ ਮਾਂ। ਮਾਂ ਮੈਨੂੰ ਬਚਾ ਲੈ ਮਾਂ, ਮੇਰਾ ਸਰੀਰ ਟੁੱਟੀ ਜਾਂਦਾ, ਮਾਂ ਮੈਨੂੰ ਬਚਾ ਲੈ। ਇਹ ਪੁੱਤ ਮੈਂ ਤੈਨੂੰ ਕਿੰਨਾ ਸਮਝਾਇਆ ਸੀ, ਪਰ ਤੂੰ ਮੇਰੀ ਇੱਕ ਨਾ ਸੁਣੀ। ਕਿਉਂ ਤੂੰ ਇਹ ਨਸ਼ੇ ਵਾਲਾ ਭੁੱਸ ਲਾ ਲਿਆ? ਮੈਂ ਨਹੀਂ ਲਾਇਆ ਮਾਂ, ਮੈਨੂੰ ਤੇਜੀ ਤੇ ਗੋਪੀ ਨੇ ਕਹਿ ਕਹਿ ਕੇ ਲਵਾਇਆ। ਬੇੜਾ ਬਹਿ ਜੇ ਇਹੋ ਜਾਂਦਾ, ਜਿਨ੍ਹਾਂ ਨੇ ਮੇਰੇ ਸੋਨੇ ਵਰਗੇ ਪੁੱਤ ਨੂੰ ਨਿਕੰਮਾ ਤੇ ਨਸ਼ੇੜੀ ਬਣਾਤਾ। ਹੁਣ ਨਹੀਂ ਬਚਦਾ ਮਾਂ, ਮੈਨੂੰ ਬਚਾ ਲੈ, ਮੇਰਾ ਸਰੀਰ ਟੁੱਟੀ ਜਾਂਦਾ ਮਾਂ। ਹੁਣ ਪੁੱਤ ਮੈਂ ਕੀ ਕਰਾਂ, ਮੈਨੂੰ ਤਾਂ ਕੁਛ ਨਹੀਂ ਸਮਝ ਆਉਂਦਾ ਹੈਗਾ। ਮਾਂ ਬਚਾ ਲੈ ਮੈਨੂੰ, ਮੈਂ ਮਰਨਾ ਨਹੀਂ ਚਾਹੁੰਦਾ ਮਾਂ, ਮੈਨੂੰ ਬਚਾ ਲੈ ਮਾਂ। ਪੁੱਤ ਤੂੰ ਹੌਸਲਾ ਰੱਖ, ਬਸ ਮੈਂ ਆਈ, ਹੌਸਲਾ ਰੱਖ ਪੁੱਤ। ਆਏ ਮਾਂ ਬਚਾ ਲੈ ਮੈਨੂੰ। ਮੈਂ
ਓ ਰੋਕ ਓਏ ਰੋਕ, ਮਾਈ ਦਾ ਹਾਲ ਪੁੱਛ ਲਈਏ। ਹਾ ਹੋਰ ਬੁੜੀਏ, ਅੱਜ ਨਹੀਂ ਦੇਣੀਆਂ ਵੱਧ ਸੀਸਾਂ, ਬੜੀ ਚੁੱਪ ਹੈ, ਉਹ ਘਰ ਸੁੱਖ ਸ਼ਾਂਤਾ ਹੈ ਬਈ। ਕਰਮਾ ਨਹੀਂ ਮਿਲਿਆ, ਉਹਨੂੰ ਆਖੀ ਨਵਾਂ ਸਮਾਨ ਆਇਆ ਜਮਾ ਇੱਕ ਨੰਬਰ ਦਾ, ਬੜਾ ਹੀ ਸਰੂਰ ਦਿੰਦਾ, ਆਥਣੇ ਜੇ ਆ ਕੇ ਲੈ ਜੇ। ਠੀਕ ਹੈ ਚਲੋ ਏ ਕਰ ਸਟਾਰਟ। ਤੇਜੀ ਮੈਨੂੰ ਆਵਾਜ਼ ਮਾਰੀ, ਬਲੈਕ ਹੀ ਇਹਨੂੰ। ਹਾਂ ਬੋਲ ਬੁੜੀਏ, ਕੱਢ ਲੈ ਜਿਹੜਾ ਗੁੱਬ ਗੁਆਟ ਕੱਢਣਾ ਤੂੰ। ਤੇਜੀ ਕਰਮਾ ਬਹੁਤ ਔਖਾ, ਘਰੇ ਮੰਜੇ ਤੇ ਪਿਆ ਤੜਫ ਰਿਹਾ, ਜੇ ਉਹਨੂੰ ਥੋੜਾ ਜਿਹਾ ਦੇ ਦੇ ਤਾਂ। ਉਹ ਥੋੜਾ ਜਿਹਾ ਕਿਉਂ, ਸਮਾਨ ਤਾਂ ਵਾਧੂ ਆਪਣੇ ਕੋਲ, ਜਿੰਨਾ ਮਰਜ਼ੀ ਲਓ। ਨਹੀਂ ਨਹੀਂ ਬਸ, ਮੈਂ ਤਾਂ ਹੁਣ ਜੋਗਾ ਲੈ ਕੇ ਜਾਣਾ ਹੈਗਾ, ਫਿਰ ਉਹਨੂੰ ਕਿਸੇ ਚੰਗੇ ਹਸਪਤਾਲ ਵਿੱਚ ਭਰਤੀ ਕਰਾ ਕੇ ਉਹਨੂੰ ਨਸ਼ਾ ਛਡਾ ਦੂੰਗੀ। ਉਹ ਸੁਣਿਆ ਓਏ ਰਾਜੇ, ਇਹਨੇ ਕਰਮੇ ਦਾ ਨਸ਼ਾ ਛਡਾ ਦੇਣਾ। ਉਹ ਬੁੜੀਏ ਕਾਹਨੂੰ ਭੋਲੀਆਂ ਗੱਲਾਂ ਕਰਦੀਆਂ, ਇਹ ਨਸ਼ੇ ਵੀ ਕਦੇ ਛੁੱਟੇ ਆ, ਇਹ ਤਾਂ ਹੁਣ ਹੱਡਾਂ ਦੇ ਨਾਲ ਹੀ ਜਾਣਗੇ। ਨਾ ਨਾ ਬੇ, ਤੂੰ ਏਦਾਂ ਨਾ ਕਹਿ, ਮੇਰਾ ਤਾਂ ਇੱਕੋ ਇੱਕ ਪੁੱਤ, ਮੈਂ ਉਹਨੂੰ ਕੁਝ ਨਹੀਂ ਹੋਣ ਦੇਣਾ, ਨਾਲੇ ਬੋਲ ਕਬੋਲ ਨਾ ਬੋਲ ਤੂੰ। ਮੇਰੇ ਬੋਲਣ ਨਾਲ ਕੀ ਹੋਣਾ, ਜੋ ਸੱਚਾ ਸੋ ਸੱਚਾ। ਚੱਲ ਬੋਲ ਫਿਰ, ਕਿੰਨੇ ਪੈਸੇ ਲੈ ਕੇ ਆਈ ਆ? ਪੈਸੇ ਤਾਂ ਪੁੱਤ ਮੇਰੇ ਕੋਲੇ ਹੈ ਨੀ ਗੇ। ਕੱਲ ਇਹਦਾ ਪੁੱਤ ਮੁਫ਼ਤ ਚ ਲੈਣ ਆ ਗਿਆ, ਅੱਜ ਮਾਂ ਮੂੰਹ ਚੱਕ ਕੇ ਆ ਗਈ, ਹੈ ਨੀ ਕੁਝ, ਜਾ ਭੱਜ ਜਾ। ਰੁਕ, ਕੱਲੀਆਂ ਦੀਆਂ ਬਾਲੀਆਂ ਮੇਰੇ ਕੋਲੇ, ਬਸ ਇਹ ਲੈ ਜਾ, ਬਸ ਇਹੀ ਨੇ ਹੁਣ ਤਾਂ ਮੇਰੇ ਕੋਲੇ, ਬਾਕੀ ਘਰ ਦਾ ਸਾਰਾ ਸਮਾਨ ਤਾਂ ਨਸ਼ੇ ਦੀ ਭੇਟ ਚੜ ਗਿਆ। ਲੈ ਓਏ, ਆ ਲੈ ਬੁੜੀਏ। ਬਸ ਇੰਨਾ ਕੀ, ਇਹਦੇ ਨਾਲੋਂ ਤਾਂ ਬਾਲੀਆਂ ਦਾ ਵੀ ਭਾਰ ਜ਼ਿਆਦਾ। ਉਹ ਕਿਹੜੇ ਭੁਲੇਖੇ ਵਿੱਚ ਫਿਰਦੀਆਂ ਬੁੜੀਏ, ਚਿੱਟਾ ਏ ਚਿੱਟਾ ਸੋਨੇ ਤੋਂ ਵੀ ਮਹਿੰਗਾ। ਪੂਰਾ ਖਰਾ ਮਾਲ ਆ, ਇਹਦੇ ਨਾਲ ਤਾਂ ਕਰਮੇ ਦੇ 4-5 ਦਿਨ ਲੰਘ ਜਾਣਗੇ। ਉਹ ਹੁਣ ਸੋਚੀ ਕੀ ਜਾਨੀ ਐ, ਜਾ ਕੇ ਕਰ ਕੈਮ ਆਪਦੇ ਪੁੱਤ ਨੂੰ। ਲੈ ਪੁੱਤ, ਅੱਜ ਤੇਰੀ ਮਾਂ ਤੇਰੇ ਲਈ ਆ ਵੀ ਲੈ ਆਈ, ਮੈਥੋਂ ਤਾਂ ਤੂੰ ਰੋਂਦਾ ਕਰ ਲਾਉਂਦਾ ਨੀ ਚੱਲਿਆ ਗਿਆ, ਮਾਵਾਂ ਤਾਂ ਆਪਣੇ ਪੁੱਤਾਂ ਲਈ ਹਰ ਹੀਲਾ ਕਰਦੀਆਂ, ਮੇਰੀਆਂ ਤਾਂ ਟੁੱਟ ਪੈਣੇ ਨੇ ਬਾਲੀਆਂ ਵੀ ਲਹਾ ਲੀਆਂ, ਕਹਿੰਦਾ ਸੋਨੇ ਤੋਂ ਵੀ ਮਹਿੰਗਾ ਹੈ ਚਿੱਟਾ ਤਾਂ। ਚੱਲ ਜੈ ਨੂੰ ਖਾ ਗਿਆ ਪੁੱਤ ਸੋਨਾ, ਮੇਰਾ ਤਾਂ ਅਸਲੀ ਸੋਨਾ ਤੂੰ ਹੈ। ਲੈ ਪੁੱਤ, ਕਰਮੇ ਵੇ, ਕਰਮੇ ਵੇ, ਕਰਮਿਆ ਕਰਮੇ ਵੇ, ਕਰਮੇ ਹਾਏ ਵੇ, ਲੋਕ ਮੇਰਾ ਪੁੱਤ ਲੈ ਲਿਆ ਇਸ ਚਿੱਟਿਆਂ ਨੇ, ਵੇ ਬੇੜਾ ਵੇ, ਜੇ ਉਹਨਾਂ ਚਿੱਟਾ ਵੇਚਣ ਵਾਲਿਆਂ ਦਾ, ਮੈਥੋਂ ਮੇਰਾ ਹੀਰਾ ਪੁੱਤ ਖੋ ਲਿਆ ਲੋਕੋ ਇਹਨਾਂ ਨਸ਼ੇ ਵੇਚਣ ਵਾਲਿਆਂ ਨੇ, ਵੇ ਇਹਨਾਂ ਦਾ ਬੇੜਾ ਵੇ, ਜੇ ਇਹਨਾਂ ਨੂੰ ਵੀ ਮੌਤ ਆ ਜੇ, ਲੋਕਾਂ ਦੇ ਪੁੱਤਾਂ ਨੂੰ ਜ਼ਹਿਰ ਦੇਣ ਵਾਲਿਓ ਤੁਸੀਂ ਵੀ ਵੱਟੇ ਜਾਓ। ਬਈ ਬਈ, ਉਹ ਕੀ ਹੋ ਗਿਆ ਧੀਰਿਆ, ਤੂੰ ਬੜਾ ਸਾਹ ਚੜਾਇਆ ਓਏ। ਬਈ ਕਰਮਾ ਮਰ ਗਿਆ ਯਾਰ। ਉਹ ਚੱਲ ਕੋਈ ਗੱਲ ਨੀ ਧੀਰਿਆ, ਜੋ ਹੋਣਾ ਸੀ ਹੋ ਗਿਆ, ਲਿਖੀ ਨੂੰ ਕਿਹੜਾ ਮੋੜੇ। ਗੱਲ ਲਿਖੀ ਦੀ ਨੀ ਬਾਈ, ਉਹਦੀ ਮੌਤ ਆਪਣੇ ਚਿੱਟੇ ਕਰਕੇ ਹੋਈ ਆ, ਚਿੱਟੇ ਕਰਕੇ। ਉਹ ਫੇਰ ਕਿੱਡੀ ਕੁ ਵੱਡੀ ਗੱਲ ਆ, ਇਹ ਕਿਹੜਾ ਪਹਿਲੀ ਵਾਰ ਹੋਇਆ। ਤੂੰ ਘਬਰਾ ਨਾ, ਆਪਣਾ ਨਾਂ ਨੀ ਆਉਂਦਾ। ਉਹ ਗੱਲ ਨਾ ਦੀ ਨੀ ਬਾਈ, ਗੱਲ ਤਾਂ ਜ਼ਿੰਦਗੀ ਤੇ ਮੌਤ ਦੀ ਹੋ ਰਹੀ ਆ, ਆਪਾਂ ਲੋਕਾਂ ਨੂੰ ਮੌਤ ਬਣ ਰਿਹਾ ਮੌਤ। ਨਾਲੇ ਸਿਆਣੇ ਕਹਿੰਦੇ ਨੇ, ਜਿਹੜਾ ਲੋਕਾਂ ਲਈ ਟੋਏ ਪੱਟਦਾ ਉਹ ਇੱਕ ਦਿਨ ਉਸ ਟੋਏ ਵਿੱਚ ਆਪ ਡਿੱਗਦਾ। ਉਹ ਦਿਮਾਗ ਹਿੱਲ ਗਿਆ ਤੇਰਾ, ਲੱਗਦਾ ਪੈਸੇ ਨੀ ਕਮਾਉਣਾ ਚਾਹੁੰਦਾ ਤੂੰ। ਭਾਈ ਪੈਸੇ ਤਾਂ ਕਮਾਉਣਾ ਚਾਹੁੰਦਾ, ਪਰ ਲੋਕਾਂ ਨੂੰ ਮੌਤ ਵੇਚ ਕੇ ਨਹੀਂ, ਉਹ ਲੋਕਾਂ ਦੇ ਬਾਦੂਆਂ ਆਪਾਂ ਨੂੰ ਮਾਰ ਦੇਣਗੀਆਂ ਬਾਈ। ਬਾਦੂਆ? ਓਏ ਕੋਈ ਬਾਦੂਆ ਬੁੱਧਵਾ ਨਹੀਂ ਹੁੰਦੀ, ਓਏ ਕੋਈ ਬਾਦੂਆ ਬੁੱਧਵਾ ਨਹੀਂ ਹੁੰਦੀ। ਬਾਈ
ਭਾਈ ਆ ਕੀ ਹੋ ਗਿਆ ਵੇ? ਤੇਰੀ ਆਖੀ ਗੱਲ ਬਿਲਕੁਲ ਸਹੀ ਨਿਕਲੀ ਤੇਰਿਆ। ਲੋਕਾਂ ਲਈ ਟੋਏ ਪੱਟਣ ਵਾਲੇ ਆਪ ਹੀ ਉਸੇ ਟੋਏ ਵਿੱਚ ਡਿੱਗ ਪੈਂਦੇ ਆ ਓਏ। ਆਪਾਂ ਚਿੱਟਾ ਖਵਾ ਖਵਾ ਕੇ ਪਤਾ ਨੀ ਕਿੰਨੇ ਘਰਾਂ ਦੇ ਚਿਰਾਗ ਬੁਝਾਏ ਆ ਓਏ। ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਖੋਏ ਆ। ਬਦਦੁਆ ਲੱਗੀ ਓਏ, ਬਦਦੁਆ ਲੱਗੀ ਓਏ ਮੈਨੂੰ ਬਦਦੁਆ।